ਕਈ ਵਾਰੀ ਮੈਨੂੰ ਇਹ ਲੱਗਦਾ ਕਿ ਚੋਗਲੀ ਤੇ ਨਿੰਦਿਆ ਪੰਜਾਬੀ ਸਮਾਜ ਦੇ ਵਿੱਚ ਜਿਹੜਾ ਬੰਦੇ ਦਾ ਬੁਚੇਤਨ ਹੈ ਉਹਦਾ ਹਿੱਸਾ ਹੈ ਸਾਨੂੰ ਬੜੀ ਤਸੱਲੀ ਮਿਲਦੀ ਹੈ ਕਿਸੇ ਦੀ ਜਦੋਂ ਕਿਸੇ ਦੀ ਹੋ ਰਹੀ ਹੋਏ ਨਾ ਬੇਇੱਜ਼ਤੀ ਚੋਗਲੀ ਹੋ ਰਹੀ ਹੋਏ ਨਿੰਦਿਆ ਹੋ ਰਹੀ ਹੋਏ ਤੇ ਰੂਸੀ ਇੱਕ ਲੇਖਕ ਹੈ ਕਹਿੰਦਾ ਐਵੇਂ ਕਹਿੰਦੇ ਲੋਕੀ ਗੱਲਾਂ ਨਹੀਂ ਚੋਗਲੀਆਂ ਨਹੀਂ ਕਰਨੀਆਂ ਚੋਗਲੀਆਂ ਨਹੀਂ ਕਰਨੀਆਂ ਜੇ ਚੋਗਲੀਆਂ ਨਹੀਂ ਕਰਨੀਆਂ ਤੇ ਗੱਲਾਂ ਸੁਆਹ ਕਰਨੀਆਂ ਫਿਰ ਇਹ ਕਾਮ ਤੌਰ ਤੇ ਕਹਿੰਦੇ ਆ ਕਿ ਲੋਜੀ ਕਲਾਕਾਰ ਜੰਮਦੇ ਨੇ ਬੰਦੇ ਨਹੀਂ ਸਾਡੀ ਪ੍ਰਚਲਿਤ ਧਾਰਨਾ ਹੈ ਮੈਨੂੰ ਲੱਗਦਾ ਹਰਪ੍ਰੀਤ ਸਿੰਘ ਦੇ ਪ੍ਰਸੰਗ ਵਿੱਚ ਇਹਨੂੰ ਉਲਟਾ ਦੇਣਾ ਚਾਹੀਦਾ ਜਿਹੜੇ ਉਹ ਜੰਮਿਆ ਨਹੀਂ ਬਣਿਆ ਮੈਂ ਕਿਹਾ ਕਿ ਅੰਦਰੋਂ ਹੀ ਨਿਕਲਿਆ ਬੱਚੇ ਸੀ ਉਦੋਂ ਮੈਂ ਡਾਕਟਰ ਸਾਹਿਬ ਇਹ ਕਿਤਾਬ ਤੁਹਾਡੀ ਲਿਖੀ ਹੈ ਸਾਰੇ ਜਣੇ ਹੱਸ ਪਏ ਬੇ ਇਦੋਂ ਮੋਰਖਾ ਵਾਲੀ ਗੱਲ ਕੀਤੀ ਜਾ ਸਕਦੀ ਕੋਈ ਮੈਂ ਜੀ ਮੈਂ ਬੜੀ ਗੰਭੀਰਤਾ ਨਾਲ ਪੁੱਛ ਰਿਹਾ ਕਿਤਾਬ ਤੁਹਾਡੇ ਲਿਖੀ ਹੈ ਕਹਿੰਦਾ ਮੇਰੀ ਲਿਖੀ ਹੈ ਮੈਂ ਕਿਹਾ ਫਿਰ ਬੰਦ ਕਰਕੇ ਸੁਣਾਓ ਮੈਂ ਕਿਹਾ ਮੈਂ ਕਹਿੰਨਾ ਵੀ ਆ ਕਿਤਾਬ ਮੇਰੀ ਲਿਖੀ ਹੈ ਨਾ ਤੋਪੇ ਨਾ ਸ਼ਾਵੇਂ ਤੁਸੀਂ ਮੰਨੂ ਦੱਸੋ ਕਿਹੜੀ ਕਹਾਤਾ ਸੁਣਨੀ ਹੈ ਉਹ ਕਹਿੰਦੇ ਵੀ ਇੱਕ ਛੋਟਾ ਜਿਹਾ ਮੋਨੋਗ੍ਰਾਫ ਲਿਖਿਆ ਸੀ ਹਰਜੀਤ ਸਿੰਘ ਗਿੱਲ ਨੇ ਫਲਾਬੇਰ ਤੇ ਉਹ ਕਹਿੰਦੇ ਉਹਦੇ ਵਿੱਚੋਂ ਹਰਪਜਨ ਸਿੰਘ ਨੇ ਤਿੰਨ ਕਿਤਾਬਾਂ ਕੱਢਦੀਆਂ ਇੱਕ ਪ੍ਰੇਮ ਪ੍ਰਕਾਸ਼ ਵਾਲੀ ਕਿਤਾਬ ਕੱਢ ਦਿੱਤੀ ਐ ਇੱਕ ਤਰਸੇਮ ਨੀਲਗਿਰੀ ਦੀ ਕੱਢਤੀ ਉਹਦਾ ਤੀਜਾ ਨਾਟਕ ਦਾ ਅਨਲਿਸਿਸ ਕੱਢਤਾ ਅਸੀਂ ਜਾਂ ਨਮਸਕਾਰ ਕਰਦੇ ਆਂ ਜਾਂ ਤਰਸਕਾਰ ਕਰਦੇ ਆਂ ਜਾਂ ਬੰਦੇ ਦੀ ਮਿੱਥ ਸਿਰਜਣਾ ਕਰਦੇ ਆਂ ਹਰਪਜਨ ਸਿੰਘ ਹੋਣਾ ਨੇ ਆਖਰੀ ਸਮੇਂ ਦੇ ਵਿੱਚ ਇੱਕ ਛੋਟੀ ਜਿਹੀ ਨਜ਼ਮ ਲਿਖੀ ਸੀ ਉੱਥੋਂ ਹੀ ਮੈਂ ਗੱਲ ਸ਼ੁਰੂ ਕਰੂੰਗਾ ਕਿ ਇਹ ਜੋ ਲੋਕ ਕੁਝ ਨਹੀਂ ਬੋਲਦੇ ਇਹ ਜੋ ਲੋਕ ਕੁਝ ਨਹੀਂ ਬੋਲਦੇ ਇਹਨੇ ਵੇਖਦੇ ਇਹਨੇ ਤੋਲਦੇ ਇਹ ਖਾਮੋਸ਼ ਰੱਬ ਦੇ ਸਵਾਲ ਨੇ ਤੇਰੇ پاس ਹੈ ਤਾਂ ਜਵਾਬ ਦੇ ਔਰ ਮਨ ਲੱਗਦਾ ਇਹ ਹੈ ਵੀ ਸਾਰੇ ਹੀ ਸ਼ਾਇਰ ਹੋ ਗਏ ਨੇ ਮੈਂ ਕਿ ਬਹੁਤ ਬਾਤ ਤਫਸੀਲ ਮਜ਼ਮੂਨ ਲਿਖਿਆ ਹੈ ਜਿਹੜਾ ਮੈਂ ਇਹਨਾਂ ਨੂੰ ਭੇਟਾ ਕਰ ਜਵਾਂਗਾ 20 ਪੇਜ ਦਾ ਜਿਹਦੇ ਵਿੱਚ ਮੈਂ ਉਹਨਾਂ ਦੀ ਸਾਰੀ ਸਕਾਲਰਸ਼ਿਪ ਦੀ ਸਟੱਡੀ ਕੀਤੀ ਹੈ ਡਾਕਟਰ ਸਾਹਿਬ ਦੀ ਤੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਜ਼ੁਬਾਨੀ ਕਰਨੀਆਂ ਚਾਹੁੰਦਾ ਕਿ ਕਈ ਬ੍ਰਿੰਸਨ ਲੱਗਦਾ ਹੁੰਦਾ ਵੀ ਇਹ ਗੱਲ ਤਾਂ ਮੈਂ ਕਹਿਣੀ ਸੀ ਇਹਨਾਂ ਨੇ ਕਹਿ ਦਿੱਤੀ ਉਰਦੂ ਵਿੱਚ ਕਹਿੰਦੇ ਨੇ ਦੇਖੀਏ ਤਕਰੀਰ ਕੀ ਲੱਜਤ ਜੋ ਉਸਨੇ ਕਿਹਾ ਦੇਖੀਏ ਤਕਰੀਰ ਕੀ ਲੱਜਤ ਜੋ ਉਸਨੇ ਕਿਹਾ ਗੋਇਆ ਹਮਨੇ ਇਹ ਜਾਣਿਆ ਕਿ ਇਹ ਵੀ ਹਮਾਰੇ ਦਿਲ ਮੇ ਹੈ ਲੱਗਦਾ ਬਹੁਤ ਸਾਰੀਆਂ ਗੱਲਾਂ ਤੇ ਕਹਿ ਗਏ ਨੇ ਹੁਣ ਕੀ ਕਹਿਣ ਦੀ ਲੋੜ ਰਹਿ ਗਈ ਹੈ ਔਰ ਅਸੀਂ ਪੰਜਾਬੀਆਂ ਦੀ ਸਾਡੀਆਂ ਬਹੁਤ ਸਾਰੀਆਂ ਖਾਸੀਅਤਾਂ ਨੇ ਮਗਰ ਇੱਕ ਖਾਸੀਅਤ ਜਿਹਦਾ ਆਮ ਤੌਰ ਤੇ ਚੰਗੇ ਚੰਗੇ ਗੱਲਾਂ ਕਰ ਦਿੰਦੇ ਆ ਬੇ ਬੜੇ ਪੁਰਾਣਾ ਆਚਾਰ ਨੇ ਬੜਾ ਆ ਕਰਦੇ ਨੇ ਬੜਾ ਉਹ ਕਰਦੇ ਨੇ ਪਰ ਇੱਕ ਗੱਲ ਇਹ ਵੀ ਖਿਆਲ ਚ ਰੱਖੋ ਕਿ ਅਸੀਂ ਆਪਣੇ ਸ਼ਾਇਰਾਂ ਦੀ ਆਪਣੇ ਕਲਾਕਾਰਾਂ ਦੀ ਆਪਣੇ ਦਾਣਿਸ਼ਵਰਾਂ ਦੀ ਬੰਦ ਹੀ ਕਦਰ ਨਹੀਂ ਪਾ ਸਕੇ ਜੋ ਉਹਨਾਂ ਦੀ ਕਦਰ ਪਾਣੀ ਚਾਹੀਦੀ ਸੀ ਇਹ ਇਸ ਕਰਕੇ ਪਤਾ ਲੱਗਦਾ ਜਦੋਂ ਅਸੀਂ ਬਾਹਰ ਕਿਤੇ ਵੀ ਜਾਂਦੇ ਹਾਂ ਨਾ ਇੰਗਲੈਂਡ ਜਾਂਦੇ ਹੋ ਉੱਥੇ ਥਾਂ ਪਰ ਥਾਂ ਲਿਖਿਆ ਪਿਆ ਇੱਥੇ ਵੌਨ ਅਪੌਨ ਸਟ੍ਰੈਟਫੋਰਡ ਇੰਨੀ ਦੂਰ ਇੱਥੇ ਲਾਰਡ ਬਾਇਰਨ ਸੀ ਇਹ ਬਾਇਰਨ ਐਬੇ ਹੈ ਈਵਨ ਜਿਹੜੇ ਤੁਹਾਡੇ ਯੂਈ ਦੇ ਕੰਟਰੀ ਛੋਟੇ ਛੋਟੇ ਹਿੱਸੇ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਆਪਣੇ ਆਦੀਬਾਂ ਨੂੰ ਆਪਣੇ ਦਾਣਿਸ਼ਵਰਾਂ ਨੂੰ ਬਹੁਤ ਚੰਗੀ ਤਰ੍ਹਾਂ ਸਾਹਮ ਕੇ ਰੱਖਿਆ ਸ਼ਾਇਦ ਅਸੀਂ ਉਹ ਕੰਮ ਨਹੀਂ ਕਰ ਸਕੇ ਅਸੀਂ ਆਮ ਤੌਰ ਤੇ ਕਰਦੇ ਕੀ ਹੈ ਕਿ ਸ਼ਤਾਬਦੀ ਜਾਂ ਕੋਈ ਹੋਰ ਕਿਸੇ ਦੀ ਵੀ ਹੋਵੇ ਭਾਵੇਂ ਸਾਰੀ ਉਮਰ ਭਾਵੇਂ ਅਸੀਂ ਮੰਟੋ ਵਾਂਗ ਉਹਨੂੰ ਸੋਲੀ ਚਾੜੀ ਰੱਖਿਆ ਹੋਇਆ ਪਿੱਛੋਂ ਸ਼ਤਾਬਦੀਆਂ ਬਣਾਈ ਜਾਂਦੇ ਨੇ ਉਹ ਕਹਿੰਦੇ ਨੇ ਕਿ ਉਹ ਤੁਮੇ ਯਾਦ ਕਰੇ ਜਿਸਨੇ ਬੁਲਾਇਆ ਹੋ ਕਬੀ ਮੈਨੇ ਤੁਮੇ ਬੁਲਾਇਆ ਨਾ ਕਬੀ ਯਾਦ ਕੀਤਾ ਅਸਲ ਦੇ ਵਿੱਚ ਚਾਹੀਦਾ ਇਹ ਹੈ ਮਿਸਾਲ ਦੇ ਤੌਰ ਤੇ ਡਾਕਟਰ ਭਜਨ ਸਿੰਘ ਨੇ ਉਹਨਾਂ ਨੇ ਇੱਥੇ ਇੰਨਾ ਕੁਝ ਦਿੱਤਾ ਕਿ ਉਹ ਤਾਂ ਸਾਡੇ ਰੋਮ ਰੋਮ ਦਾ ਹਿੱਸਾ ਹੋਣਾ ਚਾਹੀਦਾ ਬੰਦਾ ਉਹਦਾ ਜੋ ਕੁਝ ਵੀ ਚੰਗਾ ਹੈ ਉਹਨੂੰ ਅਸੀਂ ਅੱਗੇ ਲਾ ਕੇ ਜਾਈਏ ਜਿੱਥੇ ਸਾਨੂੰ ਲੱਗਦਾ ਹੈ ਕਿ ਮਾੜਾ ਮੋਟੇ ਸੰਵਾਦ ਦੀ ਲੋੜ ਇਹਨੂੰ ਸੋਧਣ ਦੀ ਲੋੜ ਇਹਨੂੰ ਸੋਧ ਲਿਆ ਜਾਣਾ ਚਾਹੀਦਾ ਹੈ ਹਰਪਜਨ ਸਿੰਘ ਉਹਨਾਂ ਨੇ 98 ਕਿਤਾਬਾਂ ਲਿਖੀਆਂ ਤੇ ਮੈਂ ਇਹਨਾਂ ਨੂੰ ਦੋ ਤਿੰਨ ਵਾਰੀ ਪੁੱਛਿਆ ਉਹਨੂੰ ਵਕਤ ਕਿੰਨਾ ਦੇਣਾ ਜੇ ਕਹਿੰਦੇ ਜੀ ਵੱਧ ਤੋਂ ਵੱਧ 35-40 ਮਿੰਟ ਮੈਂ ਕਿਹਾ ਜੇ ਮੈਂ ਅੱਧਾ ਤਾਂ ਮਿੰਟ ਵੀ ਇੱਕ ਕਿਤਾਬ ਪਰੇ ਬੋਲਾਂ ਤੇ ਤਦ ਵੀ ਜੇ 1 ਮਿੰਟ ਬੋਲਾਂ ਤੇ 98 ਮਿੰਟ ਚਾਹੀਦੇ ਆ ਜੇ ਅੱਧਾ ਮਿੰਟ ਬੋਲਾਂ 46 ਮਿੰਟ ਚਾਹੀਦੇ ਆ ਸੋ ਮੈਨੂੰ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਸੰਕੇਤਾਂ ਦੇ ਰੂਪ ਵਿੱਚ ਇਸ਼ਾਰਿਆਂ ਦੇ ਰੂਪ ਵਿੱਚ ਕਰਨੀਆਂ ਪੈਣਗੀਆਂ ਕਿਸੇ ਵੀ ਗੱਲ ਨੂੰ ਬਾਤ ਤਫਸੀਲ ਖੋਲ ਕੇ ਪੇਸ਼ ਨਹੀਂ ਕੀਤਾ ਜਾ ਸਕਦਾ ਮੇਰੇ ਕਹਰੇ ਸੀ ਦੋਸਤ ਕੋਈ ਸੋਚਦੇ ਨੇ ਉਹ ਅਧਿਆਪਕ ਨੇ ਕੋਈ ਕਹਿੰਦੇ ਉਹ ਸ਼ਾਇਰ ਨੇ ਕੋਈ ਕਹਿੰਦਾ ਖੋਜੀ ਏ ਕੋਈ ਕਹਿੰਦਾ ਸਿਧਾਂਤਕਾਰ ਏ ਕੋਈ ਕਹਿੰਦੇ ਇਤਿਹਾਸਕਾਰ ਸ਼ੇਰ ਭਜਨ ਸਿੰਘ ਕੋਈ ਕਹਿੰਦਾ ਆਲੋਚਕ ਏ ਕੋਈ ਕਹਿੰਦਾ ਸਫਰਨਾਮਾਕਾਰ ਕੋਈ ਕਹਿੰਦਾ ਉਹਨੂੰ ਸਵਾਨੇ ਉਮਰੀ ਲਖੀਏ ਸਵੈਜੀਵਨੀਕਾਰ ਕੋਈ ਕਹਿੰਦਾ ਲੇਖਕਾਰ ਕੋਈ ਕਹਿੰਦਾ ਤਰਜਮਾਕਾਰ ਹੈ ਕੋਈ ਕਹਿੰਦਾ ਸੰਪਾਦਕ ਅਸਲ ਦੇ ਵਿੱਚ ਇੱਕ ਬੰਦੇ ਦੇ ਵਿੱਚ ਬਹੁਤ ਕੁਝ ਪਿਆ ਹੈ ਔਰ ਇੱਕ ਉਹਦੀ ਆਰਗੈਨਿਕ ਐਗਜ਼ਿਸਟੈਂਸ ਇਹ ਸਾਰੇ ਜਿਵੇਂ ਕਹਿ ਰਹੇ ਸੀ ਨਾ ਪਈ ਇਹ ਵੱਖਰੇ ਵੱਖਰੇ ਇਹ ਜਿਹੜੇ ਰੰਗ ਨੇ ਸ਼ਖਸੀਅਤ ਦੇ ਇਹ ਇੱਕ ਦੂਜੇ ਨਾਲੋਂ ਟੁੱਟੇ ਹੋਏ ਨਹੀਂ ਜਿਵੇਂ ਮਾਂ ਦੇ 5-6 ਬੱਚੇ ਹੁੰਦੇ ਸੀ ਆਮ ਪੁਰਾਣੇ ਜ਼ਮਾਨੇ 'ਚ ਇੱਕ ਨੇ ਕਹਣਾ ਮੈਂ ਚਿੜੀ ਲੈਣੀ ਹੈ ਉਹਨੇ ਕਹਣਾ ਛੱਤੀਲਾ ਲੈ ਕੇ ਆ ਉਹਨੇ ਮਾੜਾ ਜਿਹਾ ਆਟਾ ਲਾਉਣਾ ਤੇ ਹਲਾ ਤੂੰ ਚਿੜੀ ਦੂਜੇ ਕਹਣਾ ਨਹੀਂ ਨਹੀਂ ਮੈਂ ਨਹੀਂ ਚਿੜੀ ਲੈਣੀ ਮੈਂ ਮੋਰ ਲੈਣਾ ਉਹਨੇ ਕਹਣਾ ਚੱਤੂ ਵੀ ਥੀਲਾ ਲੈ ਆ ਉਹਨ ਕਰਕੇ ਪੂਛ ਲੰਬੀ ਕਰਕੇ ਚੁੰਝ ਲੰਬੀ ਕਰਾਂਗਾ ਲੈ ਤੂੰ ਮੋਰ ਲੈ ਜਾ ਇੱਕ ਜਿਹੜਾ ਬੰਦਾ ਚਾਹੇ ਉਹ ਸਿਰਜਣਾਤਮਕ ਕੰਮ ਕਰਦਾ ਪਿਆ ਚਾਹੇ ਉਹ تنਕੀਦ ਦਾ ਕੰਮ ਕਰਦਾ ਪਿਆ ਸਿਧਾਂਤ ਲਿਖਦਾ ਪਿਆ ਉਹ ਸਾਰੇ ਦੇ ਸਾਰੇ ਐਲੀਮੈਂਟਸ ਇੱਕ ਦੂਜੇ ਨਾਲ ਜੁੜੇ ਨੇ ਮੈਂ ਹੁਣੇ ਤੁਹਾਨੂੰ ਜ਼ਿਕਰ ਕਰਾਂਗਾ ਬਾਅਦ ਦੇ ਵਿੱਚ ਦਰਜਨ ਕਿਤਾਬਾਂ ਉਹਨਾਂ ਤੇ تنਕੀਦੀਆਂ ਵੀ ਲਿਖੀਆਂ ਗਈਆਂ ਸਮੀਖਿਆ ਦੇ ਵਿੱਚ ਲਿਖੀਆਂ ਗਈਆਂ ਬਹੁਤ ਸਾਰੇ ਡੈਟਸਟੇਸ਼ਨ ਲਿਖੇ ਗਏ ਨੇ ਮੇਰੀ ਬਦਕਿਸਮਤੀ ਸਮਝੋ ਕਿ ਮੈਂ ਸਾਰਾ ਕੁਝ ਪੜਿਆ ਹੈ ਕਿ ਅਸੀਂ ਇੱਕ ਵੀ ਐਸਾ ਦਸਤਾਵੇਜ਼ ਹੁਣ ਤੱਕ ਪੈਦਾ ਨਹੀਂ ਕਰ ਸਕੇ ਜਿਹੜਾ ਹਰਪਜਨ ਸਿੰਘ ਦੀ ਸ਼ਖਸੀਅਤ ਦੇ ਸਮੁੱਛ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੋਇਆ ਅਸੀਂ ਜਾਂ ਨਮਸਕਾਰ ਕੀਤੀ ਹੈ ਕਿਉਂਕਿ ਸਾਨੂੰ ਇੱਕੋ ਹੀ ਤਰੀਕਾ ਹੈ ਵੀ ਜਾਂ ਪਹਿਲਾਂ ਤੋਂ ਉਹਦੇ ਦੁਆਲੇ ਹੋ ਜਾਂਦੇ ਆ ਮੁੜ ਕੇ ਜਦੋਂ ਬੰਦਾ ਆਪਣਾ ਕੰਮ ਤੋਂ ਨਾ ਹਟੇ ਕਿਉਂਕਿ ਜਿਹੜਾ ਖੇਡਦਾ ਪਿਆ ਉਹਨੂੰ ਇਹ ਨਹੀਂ ਪਰਵਾਹ ਕਰਨੀ ਚਾਹੀਦੀ ਕਿ ਮੇਰੇ ਬਾਰੇ ਕੋਈ ਤਾਰੀਫ ਕਰਦਾ ਹੈ ਕਿ ਮੇਰੀ ਵਿਰੋਧਤਾ ਕਰਦਾ ਹੈ ਉਹ ਤਾਂ ਗਰਾਊਂਡ 'ਚ ਅਸੀਂ ਜਾਂ ਨਮਸਕਾਰ ਕਰਦੇ ਆ ਜਾਂਤ ਰਸਕਾਰ ਕਰਦੇ ਆ ਜਾਂ ਬੰਦੇ ਦੀ ਮਿੱਥ ਸਿਰਜਣਾ ਕਰਦੇ ਆ ਔਰ ਬਹੁਤ ਘੱਟ ਵਾਰ ਵਾਪਰਦਾ ਜਦੋਂ ਅਸੀਂ ਕਿਸੇ ਗਿਆਨ ਦੇ ਸੰਗਠਨ ਨਾਲ ਬੰਦੇ ਦੇ ਸਮੁੱਛ ਨੂੰ ਇੱਕ ਦੂਸਰੇ ਨਾਲ ਜੋੜ ਕੇ ਦੇਖਦੇ ਆਂ ਦੂਸਰੀ ਗੱਲ ਕਿ ਜਿਹੋ ਜਿਹਾ ਬੰਦਾ ਹੁੰਦਾ ਨਾ ਇੱਕ ਸਟੇਜ ਤੇ ਉਹ ਆਪਣੇ ਅੰਤ ਤੱਕ ਉਹੋ ਜਿਹਾ ਨਹੀਂ ਰਹਿੰਦਾ ਉਹਦੇ ਇੱਕ ਇੰਟਰਨਲ ਡਵੈਲਪਮੈਂਟ ਵਾਪਰਦੀ ਹੈ ਅੰਦਰੂਨੀ ਵਿਕਾਸ ਹੁੰਦਾ ਅਸੀਂ ਆਮ ਤੌਰ ਤੇ ਬੰਦੇ ਨੂੰ ਇੱਕ ਸਥਿਰ ਵਰਤਾਰਾ ਬਣਾ ਕੇ ਉਹਦੇ ਬਾਰੇ ਟਿੱਪਣੀਆਂ ਕਰੀ ਜਾ ਰਹੇ ਆ ਉਰੂਪਵਾਦੀ ਸੀ ਹੋ ਸੰਰਚਨਾਵਾਦੀ ਸੀ ਪਹਿਲਾਂ ਕਹਿੰਦੇ ਰਮਾਨਸਵਾਦੀ ਸੀ ਵਰਗੇ ਪ੍ਰਕਿਰਤੀਵਾਦੀ ਸੀ ਸੋਚਵਾਦੀ ਸੀ ਉਹ ਤਾਂ ਤਿਲਕ ਜਾਂਦਾ ਵਿੱਚੋਂ ਬਾਹਰ ਅਸੀਂ ਕਿਉਂਕਿ ਅਸੀਂ ਉਹਦੇ ਸਮੁੱੱਚ ਨੂੰ ਪਕੜਨ ਦੀ ਕੋਸ਼ਿਸ਼ ਨਹੀਂ ਕਰਦੇ ਔਰ ਮੈਂ ਮਹਿਸੂਸ ਕਰਦਾ ਕਿ ਉਹ ਬੜੀ ਵੱਡੀ ਵਿਸ਼ਾਲ ਤੇ ਵਿਰਾਟ ਸ਼ਖਸੀਅਤ ਸੀ ਔਰ ਇਹੋ ਜੀਆਂ ਸ਼ਖਸੀਅਤਾਂ ਬਾਰ ਬਾਰ ਪੈਦਾ ਨਹੀਂ ਹੁੰਦੀਆਂ ਉਨੂੰ ਇੱਕ ਦੂਸਰੇ ਨਾਲ ਉਹਦੀ ਹਰ ਜਿਹੜੀ ਤਹਿ ਆ ਉਹਨੂੰ ਜੋੜ ਕੇ ਦੇਖਣ ਦੀ ਜ਼ਰੂਰਤ ਹੈ। ਇਹ ਕਾਮទੌਰ ਤੇ ਕਹਿੰਦੇ ਆ ਕਿ ਲੋਜੀ ਕਲਾਕਾਰ ਜੰਮਦੇ ਨਹੀਂ ਬਣਦੇ ਨਹੀਂ। ਸਾਡੀ ਪ੍ਰਚਲਿਤ ਧਾਰਨਾ ਹੈ। ਮੈਨੂੰ ਲੱਗਦਾ ਹਰਭਜਨ ਸਿੰਘ ਦੇ ਪ੍ਰਸੰਗ ਵਿੱਚ ਇਹਨੂੰ ਉਲਟਾ ਦੇਣਾ ਚਾਹੀਦਾ। ਜਿਹੜੇ ਉਹ ਜੰਮਿਆ ਨਹੀਂ ਬਣਿਆ। ਔਰ ਬਣਿਆ ਕਿਵੇਂ ਆ ਆਪਣੀ ਮਿਹਨਤ ਨਾਲ। ਆਪਣੇ ਸੰਵਾਦ ਦੀ ਬਿਰਤੀ ਨਾਲ ਆਪਣੀ ਰਚਨਾਤਮਕਤਾ ਨੂੰ ਜਗਾਉਣ ਨਾਲ ਆਪਣੇ ਗਿਆਨਮੂਲਕ ਸੰਗਠਨਾ ਦੀ ਸਿਰਜਣਾ ਨਾਲ ਉਹ ਕਹਿੰਦੇ ਨੇ ਕਿ ਉਹਨੇ ਜ਼ਿੰਦਗੀ 'ਚ ਮੁਸ਼ਕਲ ਕੰਮ ਕੀਤੇ ਲਗਾਤਾਰ ਜਨ ਉਰਦੂ 'ਚ ਕਹਿੰਦੇ ਨੇ ਦੁਸ਼ਵਾਰ ਪਸੰਦੀ ਮੇਰੀ ਫਿਤਰਤ 'ਚ ਮੈਂ ਹੈ ਕੋਸਰ ਮੁਸ਼ਕਲ ਹੋ ਅਗਰ ਰਾਹ ਤੋ ਉੱਠਤੇ ਹੈ ਕਦਮ ਔਰ ਮੈਂ ਤੁਹਾਨੂੰ ਕੁਝ ਤੱਥ ਪੇਸ਼ ਕਰਾਂਗਾ ਜਿਹੜੇ ਮੈਨੂੰ ਲੱਗਦਾ ਸਾਡਾ ਬਹੁਤੀ ਵਾਰੀ ਧਿਆਨ ਨਹੀਂ ਗਿਆ ਔਰ ਮੈਂ ਮਹਿਸੂਸ ਕਰਦਾ ਕਿ ਉਹਨੂੰ ਇੱਕ ਸਮੁੱਛ ਦੇ ਤੌਰ ਤੇ ਸਮਝਿਆ ਜਾਣਾ ਚਾਹੀਦਾ ਰਤਾ ਰਤਾ ਜਿਹੜੇ ਮੈਂ ਇਸ਼ਾਰੇ ਕਰਾਂਗਾ ਤੁਹਾਨੂੰ ਜੀਵਨ ਸਮਾਚਾਰਾਂ ਦੀ ਗੱਲ ਹੋਈ ਹੈ ਕਿ ਕੈਸਾ ਬੱਚਾ ਜਿਵੇਂ ਮੈਂ ਦੱਸਦਾ ਕਿ ਕਿਵੇਂ ਬੰਦਾ ਜੰਮਦਾ ਨਹੀਂ ਬਣਦਾ ਆਪਣੀ ਮਿਹਨਤ ਨਾਲ ਆਪਣੇ ਮੁਸ਼ਕਕਤ ਨਾਲ ਇਹ ਆਪਣੇ ਆਪ ਚ ਜ਼ਿੰਦਗੀ ਦਾ ਬਹੁਤ ਵੱਡਾ ਸਿਧਾਂਤ ਹੈ ਕਿ ਲੋ ਜੀ ਉਹ ਤਾਂ ਜੰਮਿਆ ਹੀ ਸਿਆਣਾ ਸੀ ਇਦਾਂ ਨਹੀਂ ਹੁੰਦਾ ਕੁਝ ਵੀ ਹਰ ਬੰਦੇ ਦੇ ਅੰਦਰ ਸਮਰੱਥਾ ਪਈ ਏ ਸਵਾਲ ਇਹ ਹੈ ਕਿ ਉਹ ਕਿਹੜੇ ਰਾਹ ਤੇ ਤੁਰਦਾ ਠਗੀ ਠੋਰੀ ਦੇ ਰਾਹ ਤੇ ਤੁਰਦਾ ਕਿ ਮਿਹਨਤ ਮੁਸ਼ਕਕਤ ਦੇ ਰਾਹ ਤੇ ਤੁਰਦਾ ਹਰਪ੍ਰਜਨ ਸਿੰਘ ਨੇ ਦੂਜੇ ਰਸਤੇ ਨੂੰ ਅਪਣਾਇਆ ਔਰ ਜੇ ਜੀਵਨ ਸਮਾਚਾਰਾਂ ਤੋਂ ਗੱਲ ਸ਼ੁਰੂ ਕਰੀਏ ਉਹ ਕਹਿੰਦੇ ਨੇ ਕਿ ਬੇ ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਔਰ ਮੈਨੂੰ ਲੱਗਦਾ ਹੈ ਕਿ ਹਰ ਭਜਨ ਸਿੰਘ ਦੇ ਕੌਨਟੈਕਸਟ 'ਚ ਗੱਲ ਜ਼ਿਆਦਾ ਠੀਕ ਹੈ ਪਹਿਲਾਂ 1.5 ਸਾਲ ਦੀ ਉਮਰ 'ਚ ਮਾਤਾ ਦੀ ਡੈਥ ਹੋ ਗਈ ਪਿਤਾ ਦੀ ਡੈਥ ਹੋ ਗਈ ਫਿਰ ਮਾਤਾ ਦੀ ਫਿਰ ਭੈਣਾਂ ਦੀ ਔਰ ਅੱਛੇ ਭਲੇ ਘਰ ਦੇ ਵਿੱਚ ਪਰਿਵਾਰ 'ਚ ਪਲਦਾ ਬੱਚਾ ਜਿਹੜਾ ਉਹ ਯਤੀਮਾਂ ਵਾਲੀ ਜ਼ਿੰਦਗੀ ਬਸਰ ਕਰਨ ਲੱਗ ਪਿਆ ਔਰ ਉਹਨੇ ਆਪਣੀ ਮੁਸ਼ਕਲ ਦਾ ਰਾਹ ਨਹੀਂ ਛੱਡਿਆ ਕਦੀ ਪ੍ਰਭਕਰ ਕਰ ਕਦੀ ਸਾਹਿਤ ਰਤਨਕਾਰ ਕਦੀ मुंशी فاضل ਕਰ ਕਦੀ ਵਾਇਆ ਬਠੰਡਾ ਬਿਏ ਕਰ ਉਹ ਆਪਣੇ ਰਸਤੇ ਤੇ ਤੁਰਿਆ ਰਿਹਾ ਲਗਾਤਾਰ ਔਰ ਸੁਧਾਰਨ ਸੁਧਾਰਨ ਜੀਆਂ ਨੌਕਰੀਆਂ ਤੋਂ ਸ਼ੁਰੂ ਕਰਕੇ ਉਹ ਬੰਦਾ ਹੌਲੀ ਹੌਲੀ ਕਰਕੇ ਉਹ ਇਸ ਅਕਾਦਮਿਕ ਖੇਤਰ ਦੇ ਵਿੱਚ ਆਇਆ ਹਿੰਦੀ ਦੇ ਪੰਜਾਬੀ ਪਹਿਲਾਂ ਅੰਗਰੇਜ਼ੀ ਅੰਗਰੇਜ਼ੀ ਤੋਂ ਹਿੰਦੀ ਹਿੰਦੀ ਤੋਂ ਫਿਰ ਪੰਜਾਬੀ ਔਰ ਤੁਹਾਡੇ ਕੋਲ ਸਾਡੇ ਕੋਲ ਇੱਕ ਹੋਰ ਵੀ ਮਿਸਾਲ ਹੈ ਡਾਕਟਰ ਮੋਹਨ ਸਿੰਘ ਦਿਵਾਨਾ ਦੀ ਕਿ ਜਿਹੜਾ ਮੋਹਨ ਸਿੰਘ ਦਿਵਾਨਾ ਹੈ ਹੀ ਵਾਸ ਪੀ ਐਚ ਡੀ ਇਨ ਇੰਗਲਿਸ਼ ਐਮ ਏ ਇਨ ਇੰਗਲਿਸ਼ ਆਨਰਸ ਐਮ ਏ ਆਨਰਸ ਇਨ ਇੰਗਲਿਸ਼ ਐਂਡ ਹੀ ਵਾਸ ਵਾਸ ਪੀ ਐਚ ਡੀ ਇਨ ਉਰਦੂ ਐਂਡ ਡਿਡ ਡੀਲ ਇਟ ਇਨ ਪੰਜਾਬੀ ਲਿਟਰੇਚਰ ਸੋ ਇਸ ਤਰ੍ਹਾਂ ਦੀ ਸ਼ਖਸੀਅਤ ਜਿਹੜੀ ਆ ਉਹ ਹਰਪਜਨ ਸਿੰਘ ਸੀ 58 ਤੋਂ ਖਾਲਸਾ ਗੁਰ ਅੱਜ ਦਿੱਲੀ ਚ ਆਏ ਨੇ ਹਿੰਦੀ ਦੇ ਲੈਕਚਰ 68 ਦੇ ਵਿੱਚੋਂ ਇੱਥੇ ਆਏ ਨੇ ਔਰ 70 ਤੋਂ 73 76 ਤੋਂ 79 ਉਹ ਮੁਖੀ ਰਹੇ ਨੇ ਤੇ 1984 ਦੇ ਵਿੱਚ ਪ੍ਰੋਫੈਸਰ ਅਮੈਰਿਟਸ ਬਣੇ ਨੇ ਦੂਸਰੀ ਜਿਹੜੀ ਇੰਪੋਰਟੈਂਟ ਚੀਜ਼ ਹੈ ਰਾਂ ਜਿਹੜੀ ਦੇਖਣ ਵਾਲੀ ਸਾਡੇ ਉਹ ਹੈ ਕਿ ਅਸੀਂ ਆਮ ਤੌਰ ਤੇ ਵੱਡੇ ਆਧਿਆਆਂ ਤੇ ਬਹਿ ਕੇ ਕਿਤਾਬਾਂ ਨੂੰ ਸਭ ਤੋਂ ਪਹਿਲਾਂ ਬੰਦ ਕਰਦੇ ਹਾਂ 1960 ਤੱਕ ਇਹ ਮੇਰੀਆਂ ਗੱਲਾਂ ਧਿਆਨ ਨਾਲ ਸੁਣੋ 1960 ਤੱਕ ਹਰਪੰਜਨ ਸਿੰਘ ਦੀ ਉਮਰ 40 ਸਾਲ ਹੋ ਗਈ ਸੀ ਉਦੋਂ ਔਰ ਇੱਕ ਕਿਤਾਬ ਲਾਸਾਂ ਛਪੀ ਸੀ ਤੇ ਇੱਕ ਤਾਰ ਤੁੱਕਾ ਛਪੀ ਸੀ ਇੱਕ 56 ਚ ਆਈ ਅਤੇ ਇੱਕ 52 ਚ ਆਈ ਛੋਟੇ-ਮੋਟੇ ਲੇਖ ਹੋਣਾ ਲਿਖੇ ਅਮਰਤਾ ਬਾਰੇ ਲਿਖਿਆ ਕੁਝ ਕਵਿਤਾਵਾਂ ਲਿਖੀਆਂ ਔਰ ਇੱਕ ਉਹਨਾਂ ਨੂੰ ਸ਼ਖਸੀਅਤ ਮਿਲੀ ਡਾਕਟਰ ਅਮਰੀਕ ਸਿੰਘ ਡਾਕਟਰ ਅਮਰੀਕ ਸਿੰਘ ਨੇ ਪਹਿਲੀ ਵਾਰੀ ਮਹਿਸੂਸ ਕੀਤਾ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਕਵੀ ਵੀ ਹੈ ਅਸੀਂ ਇਕੱਠੇ ਤੁਰੇ ਫਿਰਦੇ ਸੀ ਜਿਵੇਂ ਆਮ ਤੌਰ ਤੇ ਕਾਲਜਸ 'ਚ ਹੁੰਦਾ ਓਸ ਬੰਦੇ ਨੇ ਮਹਿਸੂਸ ਕੀਤਾ ਬਈ ਇਹਦੇ 'ਚ ਤੀਬਰਤਾ ਇਹਦੇ 'ਚ ਤਪਸ਼ ਇਹਦੇ 'ਚ ਜਜ਼ਬਾ ਇਹਦੇ 'ਚ ਕਲਪਨਾ ਇਹਦੇ 'ਚ ਸੰਜਮ ਹੈ ਇਹਦੇ 'ਚ ਗਹਿਰਾਈ ਹੈ ਇਹਦੇ 'ਚ ਸੋਚ ਸਮਝ ਹੈ ਗੰਭੀਰਤਾ ਦੂਰ ਦ੍ਰਿਸ਼ਟੀ ਹੈ ਔਰ ਸਭ ਤੋਂ ਵੱਡੀ ਗੱਲ ਜਿਹਨੂੰ ਅਸੀਂ ਆਬਜੈਕਟਿਵ ਕੋਰਿਲੇਟਿਵਸ ਕਹਿੰਦੇ ਆ ਨਾ ਉਹ ਕਹਿੰਦੇ ਸਧਾਰਨ ਚੀਜ਼ਾਂ ਦੇ ਵਿੱਚੋਂ ਇਹ ਚਿੰਨ ਲੱਭ ਲੈਂਦਾ ਯਾਨੀ ਕਿ ਉਹਨੇ ਉਹਦੀ ਕਲਾਤਮਕ ਨਿਪੁੰਨਤਾ ਦੀ ਤਾਰੀਫ ਕੀਤੀ ਮੈਂ ਜੋ ਜੋਰ ਭਜਨ ਸਿੰਘ ਉਹਨਾਂ ਨੂੰ ਪੜਦਾ ਗਿਆ ਮਨ ਨੂੰ ਲੱਗਦਾ ਕਿ ਰਿਐਲਿਟੀ ਦੇ ਲੈਵਲ ਤੋਂ ਉਹ ਝੁੱਕਦੇ ਨੇ ਆਪਣੀ ਗੱਲ ਨੂੰ ਇਮੇਜਿਨੇਸ਼ਨ ਦੇ ਲੈਵਲ ਤੇ ਇਮੇਜਿਨੇਸ਼ਨ ਤੋਂ ਮੈਟਾਫਰ ਦੇ ਲੈਵਲ ਤੇ ਲੈ ਜਾਂਦੇ ਆ। ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤੇ ਉਹਦਾ ਗੱਲ ਸੀ। 1961 ਤੋਂ ਲੈ ਕੇ 70 ਤੱਕ ਹਰਪਜਨ ਸਿੰਘ ਦੇ ਪੈਟ ਟਿਕੇ ਨੇ। ਪਹਿਲਾ ਕੀ ਸੀ ਹਲਕੀ ਜੀ ਪਛਾਣ ਸੀ। ਕੁਝ ਕਵਿਤਾਵਾਂ ਬਹੁਤ ਅੱਛੀਆਂ ਸੀ। ਜਿਵੇਂ ਪਾਤਰ ਉਹਨਾਂ ਨੇ ਜ਼ਿਕਰ ਕੀਤਾ 47 ਬਾਰੇ ਕੁਝ ਕਵਿਤਾਵਾਂ ਬਹੁਤ ਹੁੰਦਾ ਸੀ। ਔਰ ਜਿਹੜੀ ਉਹਨਾਂ ਨੇ ਲਾਸਾਂ ਦੇ ਵਿੱਚ ਇੱਕ ਕਵਿਤਾ ਲਿਖੀ ਸੀ ਨਾ ਇੱਕ ਸ਼ੇਰ ਸੀ ਉਹਦੇ ਵਿੱਚ। ਪੈਰਾਂ ਨੂੰ ਬਨ ਕੇ ਪਰਬਤ ਬੇਬਸੀ ਦਾ ਹਵਾਵਾਂ ਨੇ ਕਿਹਾ ਪੰਛੀ ਉੜੀ ਜਾ। ਇਹ ਮੈਨੂੰ ਲੱਗਦਾ ਜਿਵੇਂ ਇਹ ਆਟੋ ਬਾਇਓਗ੍ਰਾਫੀਕਲ ਸ਼ੇਰ ਹੈਗਾ। ਕਿ ਸੱਚੀ ਮੁੱੱਚੀ ਬੰਦਾ ਬੰਦੇ ਦੇ ਪੈਰਾਂ ਨੂੰ ਪਹਾੜ ਬਣਿਆ ਹੋਏ ਤੇ ਉੱਡ ਬਈ ਔਰ ਉਹਨੇ ਉੱਡ ਕੇ ਦਿਖਾਇਆ 60 ਤੋਂ ਲੈ ਕੇ 70 ਟਿਕਨ ਜਾਂ 60 ਤੋਂ ਲੈ ਕੇ 70 ਟਿਕਨ ਹਰ ਭਜਨ ਸਿੰਘ ਦਾ ਦੇ ਪੈਰ ਟਿਕਨ ਦਾ ਵਕਤ ਉਦੋਂ ਕਿਤਾਬਾਂ ਆਈਆਂ ਸਾਡੇ ਕੋਲ ਨਾ ਧੁੱਪੇ ਨਾ ਛਾਵੇਂ ਸੜਕ ਦੇ ਸਫੇ ਤੇ ਮੈਂ ਜੋ ਬੀਤ ਗਿਆ ਰਾਣੀ ਔਰ ਇਹ ਸਾਰਾ ਕੁਝ ਇਸ ਜ਼ਮਾਨੇ 'ਚ ਛਪਿਆ ਇਹਦੇ ਵਿੱਚ ਇੱਕ ਘਟਨਾ ਵਾਪਰੀ ਕਿਉਂਕਿ ਤੁਸੀਂ ਮضمون 'ਚੋਂ ਬਾਕੀ ਸਾਰਾ ਕੁਝ ਪੜ ਲੈਣਾ ਇਹ ਮੈਂ ਤੁਹਾਨੂੰ ਉਹ ਗੱਲਾਂ ਕਰ ਰਿਹਾ ਜਿਹੜੀਆਂ ਬਹੁਤੀ ਵਾਰੀ ਕਿਤਾਬਾਂ ਦਾ ਹਿੱਸਾ ਨਹੀਂ ਬਣੀਆਂ 1965 ਦੇ ਵਿੱਚ ਇੱਥੇ ਦਿੱਲੀ ਦੇ ਵਿੱਚ ਮਹਿੰਦਰ ਸਿੰਘ ਰੰਧਾਵਾ ਜੀ ਰਹਿੰਦੇ ਸੀ ਇੱਕ ਕਮੇਟੀ ਬਣੀ ਭਈ ਪ੍ਰੋਫੈਸਰ ਲਾਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਜਿਹਦੇ ਵਿੱਚ ਜੋਧ ਸਿੰਘ ਭਾਈ ਚਾਂਸਲਰ ਸਨ ਤੇ ਪ੍ਰੋਫੈਸਰ ਅਮਰੀਕ ਸਿੰਘ ਸਨ ਇਹ 3-4 ਮੈਂਬਰ ਸੀ ਉਹਦੇ 1965 ਦੇ ਵਿੱਚ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪ੍ਰੋਫੈਸਰ ਲਾਣਾ ਇਦੇ ਦਰਮਿਆਨ ਘਟਨਾ ਇਹ ਵਾਪਰੀ ਕਿ ਜੋਧ ਸਿੰਘ ਹੁਣੇ ਉਤਰ ਗਏ ਤੇ ਕਿਰਪਾਲ ਸਿੰਘ ਨਰ ਹੁਣੇ ਆ ਗਏ ਅਮਰੀਕਸੇ ਹੁਣੇ ਸਿੰਡੀਕੇਟ ਚ ਸੀ ਆਈਟਮ ਪੇਸ਼ ਕੀਤੀ ਰੌਲਾ ਪੈ ਗਿਆ ਰੌਲਾ ਪੈ ਗਿਆ ਜੀ ਗਿਆਨੀ ਮਾਸਟਰ ਨੂੰ ਲਾਤਾ ਯੂਨੀਵਰਸਿਟੀ ਦਾ ਪ੍ਰੋਫੈਸਰ ਔਰ ਅੱਜ ਤੱਕ ਅਸੀਂ ਜਦੋਂ ਕੋਕ ਉਹਨਾਂ ਨੇ ਇੰਨਾ ਕੁਝ ਕਰ ਦਿੱਤਾ ਮੈਂ ਇੱਕ ਵਾਰੀ ਇਸ 스테ਜ ਤੋਂ ਕਿਹਾ ਸੀ ਕਿ ਜਦੋਂ ਹਰਪਨ ਸਿੰਘ ਹੁਣੇ ਕੁਰਸੀ ਤੇ ਬੈਠੇ ਸੀ ਤੇ ਕੁਰਸੀ ਪਹਾੜ ਵਰਗੀ ਸੀ ਹਰਪਜਨ ਸਿੰਘ ਰਾਏ ਵਰਗਾ ਜਦੋਂ ਭਜਨ ਸਿੰਘ ਉਹਨੇ ਕੁਰਸੀ ਤੋਂ ਉਤਰੇ ਹਰਪਜਨ ਸਿੰਘ ਪਹਾੜ ਵਰਗਾ ਸੀ ਤੇ ਕੁਰਸੀ ਰਾਏ ਵਰਗੀ ਇਸੇ ਤਰ੍ਹਾਂ ਹੀ ਵਾਪਰਿਆ ਉਦੋਂ ਵਾਕਿਆ ਹੀ ਦੇਖਣ ਨੂੰ ਇਹੀ ਲੱਗਦਾ ਸੀ ਕਿ ਬੰਦੇ ਦੇ ਕੋਲ ਕੋਈ ਯੋਗਤਾ ਨਹੀਂ ਉਹਨੂੰ ਪ੍ਰੋਫੈਸਰ ਲਾ ਦਿੱਤਾ ਹਰ ਬੰਦੇ ਨੂੰ ਲੱਗਦਾ ਹੈ ਟਰੂਥ ਸ਼ੁੱਡ ਲੁੱਕ ਲਾਈਕ ਅ ਟਰੂਥ ਉਹਨਾਂ ਦੀ ਆਈਟਮ ਪਾਸ ਨਹੀਂ ਹੋਈ ਉਸ ਤੋਂ ਬਾਅਦ 69 ਦੇ ਵਿੱਚ 68 ਦੇ ਵਿੱਚ ਦੁਬਾਰਾ ਉਹਨਾਂ ਨੂੰ ਦਿੱਲੀ ਯੂਨੀਵਰਸਿਟੀ ਦੇ ਵਿੱਚ ਲਾਇਆ ਔਰ ਮੈਂ ਮਹਿਸੂਸ ਕਰਦਾ ਕਿ ਭਾਈ ਜਾਸ ਹਰਭਜਨ ਸਿੰਘ ਉਹ ਨਹੀਂ ਇੱਥੇ ਆਉਂਦੇ ਜਾਂ ਦਿੱਲੀ ਯੂਨੀਵਰਸਿਟੀ ਚ ਨਾ ਆਉਂਦੇ ਤੇ ਸ਼ਾਇਦ ਪੰਜਾਬੀ ਸਕਾਲਰਸ਼ਿਪ ਦੀ ਇਹ ਹਾਲਤ ਜਾਂ ਇਹ ਸਥਿਤੀ ਜਾਂ ਇਹ ਪ੍ਰਾਪਤੀਆਂ ਨਾ ਹੁੰਦੀਆਂ ਜਿਹੜੀਆਂ ਹਰਭਜਨ ਸਿੰਘ ਦੇ ਹੁੰਦੇ ਆ ਇੱਥੇ ਹੋਈਆਂ ਨੇ ਤੀਸਰਾ ਜਿਹੜਾ ਦੌਰ ਸੀ ਨਾ 71 ਤੋਂ ਲੈ ਕੇ 92 ਤੱਕ ਦਾ ਇਹ ਹਰਭਜਨ ਸਿੰਘ ਦੇ ਉਡਾਨ ਦਾ ਸਮਾਂ ਸੀ ਜਿਹੜੇ ਅਸੀਂ ਗੱਲ ਕਰ ਰਹੇ ਹਾਂ 98 ਕਿਤਾਬਾਂ ਦੀ 88 ਕਿਤਾਬਾਂ ਹਰਭਜਨ ਸਿੰਘ ਨੇ ਇਸ ਸਪੀਰੀਟ ਚ ਲਿਖੀਆਂ ਜਿਹਦੇ ਵਿੱਚ ਸ਼ਾਇਰੀ ਵੀ ਹੈ ਜਿਹਦੇ ਵਿੱਚ ਕਿਡਸਮ ਵੀ ਹੈ ਜਿਹਦੇ ਵਿੱਚ ਪਾਤਰ ਹੁਣੀ ਜ਼ਿਕਰ ਕਰਦੇ ਪਏ ਸੀ ਅਨੁਵਾਦ ਵੀ ਨੇ ਜਿਹਦੇ ਵਿੱਚ ਸੰਪਾਦਿਤ ਰਚਨਾਵਾਂ ਵੀ ਨੇ ਜਿਹਦੇ ਵਿੱਚ ਉਹਨਾਂ ਦੀ ਨਸਰ ਵੀ ਹੈ ਸਵੈ ਜੀਵਨੀ ਵੀ ਹੈ ਸਫਰਨਾਮਾ ਵੀ ਹੈ ਲੇਖ ਵੀ ਨੇ ਉਹਨਾਂ ਨੂੰ ਪੁੱਛਣਾ ਵੀ ਤੁਸੀਂ ਅਨੁਵਾਦ ਕਿਹੜੇ ਵੇਲੇ ਕਰ ਲੈਂਦੇ ਹੋ ਉਹ ਕਹਿੰਦਾ ਮੈਂ ਨਚੱਲਾ ਨਹੀਂ ਬਹਿ ਸਕਦਾ ਉਹ ਕਹਿੰਦਾ ਮੈਂ ਮੈਂ ਮਤਲਬ ਜਦੋਂ ਨਾ ਮੈਂ ਵਿਹਲਾ ਹਾਂ ਨਾ ਉਦੋਂ ਮੈਂ ਗੱਲ ਕਰਦਾ ਵਾਂ ਮੈਂ ਬਾਅਦ ਵਿੱਚ ਤੁਹਾਡੇ ਨਾਲ ਗੱਲ ਕਰਾਂਗਾ ਉਹਨਾਂ ਦੇ ਨਵਾਦਾਂ ਦੀ ਵੀ ਔਰਦੂ ਵਿੱਚ ਕਹਿੰਦੇ ਅਜੀਬ ਸ਼ਖਸ ਹੈ ਮੰਜ਼ਿਲ 'ਤੇ ਵੀ ਨਹੀਂ ਰੁਕਤਾ ਅਜੀਬ ਸ਼ਖਸ ਹੈ ਮੰਜ਼ਿਲ 'ਤੇ ਵੀ ਨਹੀਂ ਰੁਕਤਾ ਸਫ਼ਰ ਤਮਾਮ ਹੋਆ ਫਿਰ ਵੀ ਉਹ ਸਫ਼ਰ 'ਮੈਂ ਹੈ ਵਾਹ ਬਹੁਤ ਅੱਛਾ ਆਖਰੀ ਦਮ ਤੱਕ ਬੰਦੇ ਨੇ ਆਪਣੇ ਉਹਨਾਂ ਪੁੱਛਿਆ ਨਾ ਕਿ ਕਲਮ ਕਦੋਂ ਛੱਡਣੀ ਹੈ ਮੈਂ ਡਾਕਟਰ ਸਾਹਿਬ ਕਲਮ ਕਦੋਂ ਛੱਡਣੀ ਜੇ ਕਹਿੰਦੇ ਹਰ ਭਜਨ ਇਹ ਹੀ ਮੈਨੂੰ ਛੱਡੇ ਕਿ ਮੈਂ ਨਹੀਂ ਇਹਨੂੰ ਛੱਡਦਾ ਇਹ ਕਮਿਟਮੈਂਟ ਆ ਔਰ ਇਸ ਪੀਰੀਅਡ ਦੇ ਵਿੱਚ ਉਹਨਾਂ ਨੇ ਅਲਾ ਤਰੀਨ ਲਿਟਰੇਚਰ ਲਿਖਿਆ ਅਲਫ਼ ਦੁਪਹਿਰ ਉਦੋਂ ਆਈ ਟੁਕੀਆਂ ਜੀਬਾਂ ਵਾਲੇ ਉਦੋਂ ਆਈ ਮੱਥਾ ਦੀਵੇ ਵਾਲਾ ਅਲਵੇਦਾ ਤੋਂ ਪਹਿਲਾਂ ਮਾਮਾ ਧੀਆਂ ਉਦੋਂ ਆਈ ਨਿਕ ਸੁੱਕ ਚੌਥੇ ਦੀ ਉਡੀਕ ਰੁੱਖ ਤੇ ਰਿਸ਼ੀ ਔਰ ਆਲੋਚਨਾ ਦੀਆਂ ਕਿਤਾਬਾਂ ਜਿਹੜੀ 70 ਚ ਪਹਿਲੀ ਕਿਤਾਬ ਆਈ ਅਦਨ ਤੇ ਅਧਿਆਪਨ ਤੇ 91 ਟਿਕਣ ਉਹ ਆਉਂਦੀਆਂ ਨੇ ਲਗਾਤਾਰ ਕੀ ਕੁਸ਼ਣ ਆ ਲਿਖਿਆ ਇਹਦੀ ਅਸੀਂ ਬਾਅਦ ਚ ਗੱਲ ਕਰਦੇ ਆ ਅਸੀਂ 2002 ਦੇ ਵਿੱਚ ਇੱਕ ਸਮਾਗਮ ਕੀਤਾ ਸੀ ਤੇ ਤੁਹਾਨੂੰ ਸ਼ਾਇਦ ਯਾਦ ਹੋਵੇ ਸੈਤ ਸਭਾ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਸੀਂ 10 ਕਿਤਾਬਾਂ ਛਾਪੀਆਂ ਸੀ ਡਾਕਟਰ ਸਾਹਿਬ ਦੀਆਂ ਉੱਥੇ ਰਿਲੀਜ਼ ਕੀਤੀਆਂ ਉੱਥੇ ਮੈਂ ਇੱਕ ਵਾਰੀ ਪੇਪਰ ਪੜ੍ਹਿਆ ਸੀ ਹਰਪ੍ਰੀਤ ਸਿੰਘ ਦੀ ਸ਼ਬਦ ਸਾਧਨਾ ਸਿਰਫ ਇੱਕੋ ਹੀ ਪੇਪਰ ਪੜ੍ਹਿਆ ਸੀ ਉਹਦੇ ਚ ਡਾਕਟਰ ਅਮਰੀਕ ਸਿੰਘ ਵੀ ਸਨ ਨੰਬਰ ਸਿੰਘ ਵੀ ਸਨ ਤੇ ਹੋਰ ਵੀ ਸਾਰੇ ਜਿਹੜੇ ਦਾਣਿਸ਼ਵਰ ਸੀ ਸਨ ਅਖੀਰਲੇ ਜਿਹੜਾ ਤੁਹਾਡੇ ਕੋਲ ਵਕਤ ਹੈ ਨਾ ਇਹ ਹਰਭਜਨ ਸਿੰਘ ਹੋਣਾ ਦਾ ਉਦਾਸੀ ਦਾ ਇਕਲਤਾ ਦਾ ਤੇ ਅੰਤਰ ਯਾਤਰਾ ਦਾ ਸਮਾਂ ਸੀ ਜਿਹਦੇ ਵਿੱਚੋਂ ਮੈਂ ਤਾਂ ਕਈ ਵਾਰੀ ਨਾ ਰੁੱਖ ਤੇ ਰਿਸ਼ੀ ਨੂੰ ਇੱਕ ਤਾਂ ਆਪਾਂ ਸਾਰਿਆਂ ਵੱਖਰੇ ਵੱਖਰੇ ਤਰੀਕੇ ਨਾਲ ਪੜਿਆ ਮੈਂ ਕਈ ਵਾਰੀ ਹੋਰ ਇਸ ਕਿਤਾਬ ਨੂੰ ਉਹਨਾਂ ਦੀ ਸਵੈ ਜੀਵਨੀ ਦੇ ਤੌਰ ਤੇ ਵੀ ਪੜਦਾ ਹਾਂ ਕਿਉਂਕਿ ਉਹਨਾਂ ਦੀ ਜਿਹੜੀ ਰਚਨਾ ਹੈ ਨਾ ਉਹਦੇ ਵਿੱਚ ਇਹੋ ਜਿਹੇ ਬਹੁਤ ਐਲੀਮੈਂਟ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨਵੀਂ ਪੀੜ੍ਹੀ ਨੂੰ ਸਮਝ ਇਸ ਕਰਕੇ ਨਹੀਂ ਆਉਂਦੀਆਂ ਕਿਉਂਕਿ ਉਹਨਾਂ ਦੇ ਕੋਲ ਉਹਨਾਂ ਦੀ ਸ਼ਖਸੀਅਤ ਦੇ ਸਾਰੇ ਪਾਸਾਰ ਹੀ ਨਹੀਂ ਹੈਗੇ। ਮਿਸਾਲ ਦੇ ਤੌਰ ਤੇ ਉਹ ਲਿਖਦੇ ਨੇ ਪਰਛਾਵਿਆਂ ਦਾ ਜੰਗਲ ਮੈਂ ਤੁਹਾਨੂੰ ਦੱਸਾਂਗਾ ਕਿ ਕਿਹੜੇ ਕਿਹੜੇ ਐਨਗ੍ਰਾਮਸ ਨੇ ਜਿਹੜੇ ਉਹਨਾਂ ਦੀ ਪੋਇਟਰੀ ਚ ਬਾਰ-ਬਾਰ ਆਉਂਦੇ ਨੇ ਬਾਰ-ਬਾਰ ਆਖਰੀ ਕਿਤਾਬ ਤੱਕ। ਬੰਦਾ ਲਿਖਦਾ ਇਸ ਜੰਗਲ ਵਿੱਚ ਪਰਛਾਵੇਂ ਹੀ ਪਰਛਾਵੇਂ ਨੇ। ਬਿਰਖ ਕਿਤੇ ਨਜ਼ਰੀ ਨਾ ਆਵੇ। ਪਰ ਛਾਵੇਂ ਦੀ ਛਾਵੇਂ ਬਹਿ ਕੇ ਹਰ ਕੋਈ ਆਪਣੀ ਜੂਨ ਹੰਡਾਵੇ ਪਰ ਛਾਵੇਂ ਦੀ ਛਾਵੇਂ ਕੀ ਕੰਨ ਬੈਠਾਂ ਮੇਰਾ ਕਦ ਛਾਂ ਗਿਆ ਜਾਵੇ ਸਫਰ ਲਈ ਤਨ ਮਨ ਵਿੱਚ ਕਾਲੀ ਜਾਗ ਰਹੀ ਹੈ ਪੈਰਾਂ ਵਿੱਚ ਰਾਹਾਂ ਦੇ ਗੁੰਝਲ ਬਹੁਤ ਵਿਸ਼ੇਣੇ ਜਿਵੇਂ ਕਿਸੇ ਮਾਨਸ ਰੋਗੀ ਦੀ ਨੀਂਦ ਡਾਲ ਤੇ ਬੇਮੂਹੇ ਸੁਪਨੇ ਦੇ ਬਾਲਕ ਬਿਲਕ ਰਹੇ ਨੇ ਸਾਡਾ ਕੌਣ ਪਿਤਾ ਮਹਤਾਰੀ ਹਰ ਇੱਕ ਰਸਤਾ ਦੇਸ਼ ਦਸੌਰਾਂ ਵੱਲ ਜਾਂਦਾ ਹੈ ਦਿਸ਼ਾ ਕੋਈ ਨਜ਼ਰੀ ਨਾ ਆਵੇ ਦਿਸ਼ਾ ਪਰਮ ਦੇ ਗੂੜੇ ਪਰਛਾਵੇਂ ਦੀ ਛਾਵੇਂ ਉਮਰਾ ਤੁਰੀਆਂ ਜਾਣ ਕੀੜੀਆਂ ਦੀਆਂ ਕਤਾਰਾਂ ਇਸ ਰਾਹਾਂ ਦੇ ਲੀਕ ਜਾਲ ਤੇ ਪੈਰ ਅਨੈਨ ਸਹਿਜ ਤੁਰਦਾ ਹੈ ਪੈਰ ਸੁਨੈਨ ਉਲਝਦਾ ਜਾਵੇ ਇੱਥੇ ਮੈਂ ਫੁੱਟਨੋਟ ਦੇ ਤੌਰ ਤੇ ਤੁਹਾਨੂੰ ਇੱਕ ਜ਼ਰੂਰ ਘਟਨਾ ਦੱਸਣੀ ਚਾਹਣਾ ਮੈਂ ਐਮਏ ਕਰਦਾ ਪਿਆ ਸੀ ਡੀਵੀ ਕਾਲਜ ਜਲੰਧਰ ਚ ਡਾਕਟਰ ਸਾਹਿਬ ਆਏ ਉਸ ਕਾਲਜ ਉਦੋਂ ਉਹਨਾਂ ਨੂੰ ਸਿਹਤ ਅਕੈडमी ਅਵਾਰਡ ਮਿਲਿਆ ਸੀ ਤੇ ਨਾ ਧੋਪੇ ਨਾ ਸ਼ਾਮੇ ਹੱਥ ਚ ਫੜੀ ਸੀ ਕਿਤਾਬ ਤੇ ਉਹਨਾਂ ਨੇ ਲੈਕਚਰ ਦੇਣ ਤੋਂ ਬਾਅਦ ਰਸ਼ੀਨ ਫਾਰਮਲਿਜ਼ਮ ਤੇ ਉਹਨਾਂ ਨੇ ਇੱਕ ਕਵਿਤਾ ਸੁਣਾਈ ਅਪਰਮਾਨਿਕ ਤੁਹਾਨੂੰ ਸਭ ਨੂੰ ਪਤਾ ਹਰ ਰਾਤ ਗਲੀ ਵਿੱਚ ਮੈਂ ਤੇ ਤਾਰੇ ਇਕੱਠੇ ਸੌਂਦੇ ਹਾਂ ਇੱਕ ਦੂਜੇ ਦੇ ਨਿਸਤੇਜ ਸੁਲਗਦੇ ਅੰਗਾਂ ਦੇ ਸਾਖੀ ਮੈਂ ਕਿਹਾ ਕਿਹਾ ਕੀ ਅੰਦਰੋਂ ਹੀ ਨਿਕਲ ਆਇਆ ਬੱਚੇ ਸੀ ਉਦੋਂ ਮੈਂ ਡਾਕਟਰ ਸਾਹਿਬ ਇਹ ਕਿਤਾਬ ਤੁਹਾਡੀ ਲਿਖੀ ਹੈ ਸਾਰੇ ਜਣੇ ਹੱਸਪਾ ਬੇ ਇਦੋਂ ਮੋਰਖਾ ਵਾਲੀ ਗੱਲ ਕੀਤੀ ਜਾ ਸਕਦੀ ਕੋਈ ਮੈਂ ਜੀ ਮੈਂ ਬੜੀ ਗੰਭੀਰਤਾ ਨਾਲ ਪੁੱਛ ਰਿਹਾ ਕਿਤਾਬ ਤੁਹਾਡੇ ਲਿਖੀ ਹੈ ਕਹਿੰਦਾ ਮੇਰੀ ਲਿਖੀ ਹੈ ਮੈਂ ਕਿਹਾ ਫਿਰ ਬੰਦ ਕਰਕੇ ਸੁਣਾਓ ਮੈਂ ਕਿਹਾ ਮੈਂ ਕਹਿੰਨਾ ਵੀ ਆ ਕਿਤਾਬ ਮੇਰੀ ਲਿਖੀ ਹੈ ਨਾ ਤੋਪੇ ਨਾ ਸ਼ਾਵੇਂ ਤੁਸੀਂ ਮੰਨੂ ਦੱਸੋ ਕਿਹੜੀ ਕਵਤਾ ਸੁਣਨੀ ਹੈ ਮੈਂ ਤਾਂ ਸਟੂਡੈਂਟ ਸੀ ਹਜੇ ਸ਼ੁਰੂ ਹੀ ਹੋਇਆ ਸੀ ਸੈਸ਼ਨ ਮੈਂ ਕੋਈ ਯਾਦ ਥੋੜੀ ਕੀਤੀਆਂ ਸੀ ਉਹ ਕਹਿੰਦਾ ਅੱਛਾ ਇੱਕ ਤੁਸੀਂ ਸੁਣਾਓ ਇੱਕ ਤੁਸੀਂ ਸੁਣਾਓ ਇੱਕ ਤਾਂ ਸੁਣਾਤੀ ਇੱਕ ਦੋ ਕਵਤਾਵਾਂ ਮੈਂ ਸੁਣਾਤੀ ਆ ਦੋ ਉਹਨਾਂ ਨੇ ਸੁਣਾਤੀ ਐ ਤੀਜੀ ਕਵਤਾ ਜਿਹੜੀ ਪਾਤਰ ਹੋਣੇ ਬੋਲ ਕੇ ਹਟੇ ਨੇ ਉਦੋਂ ਹਾਜ਼ਰ ਸਾਂ ਮੈਂ ਤੇਰੇ ਹੱਥ ਵਿੱਚ ਜਦੋਂ ਤਲਵਾਰ ਨੰਗੀ ਪਿਆਸ ਵਾਂਗ ਉਤਰ ਫੜਾਈ ਸੀ ਲਹਿਰ ਦਾ ਸੁਲਗ ਦਾ ਮੇਲਾ ਗੋਮਸਮ ਸੁੱਕੇ ਸਰੋਵਰ ਵਾਂਗ ਬੁੱਝ ਗਿਆ ਸੀ ਦੂਰ ਤਿਕਨ ਚੁੱਪ ਦੇ ਬੰਜਰ ਵਿਸ਼ੇ ਸਨ ਜਿਨ੍ਹਾਂ ਦੇ ਵਿੱਚ ਸਵਾਸ ਵੀ ਯੋਗ ਦਾ ਨਹੀਂ ਸੀ ਪੂਰਾ ਉਦੋਂ ਹਾਜ਼ਰ ਸਾਂ ਮੈਂ ਜਦੋਂ ਅੱਧ ਵਿਚ ਪਹੁੰਚਿਆ ਨਾ ਡਾਕਟਰ ਸਾਹਿਬ ਨੇ ਇਦਾ ਹੱਥ ਖੜੇ ਕਰਦੇ ਕਹਿੰਦੇ ਪੁੱਤਰ ਇਹ ਕਿਤਾਬ ਮੇਰੀ ਨਹੀਂ ਤੇਰੀ ਲਿਖੀ ਹੈ ਇਹ ਮੇਰੀ ਪਹਿਲੀ ਦੋਸਤੀ ਸੀ ਉਸ ਤੋਂ ਬਾਅਦ ਉਹਨਾਂ ਨੇ ਮੰਨੂ ਆਪਣੀ ਹਰ ਕਿਤਾਬ ਦਿੱਤੀ ਜਿਹੜੀ ਵੀ ਛਪੀ ਚਾਹੇ ਵੱਡਾ ਗ੍ਰੰਥ ਛਪਿਆ ਛੋਟਾ ਗ੍ਰੰਥ ਛਪਿਆ ਔਰ ਮੈਨੂੰ ਲੱਗਦਾ ਪੀ ਇਹ ਆਪਣੇ ਆਪ ਦੇ ਵਿੱਚ ਜਿਹੜੀ ਖੂਬੀ ਹੈ ਉਹ ਬਹੁਤ ਮੁੱਲਵਾਨ ਹੈ ਜਿਹੜੀ ਮੈਂ ਤੀਸਰੀ ਗੱਲ ਤੁਹਾਡਾ ਨਾਲ ਕਰਨੀ ਚਾਹੁੰਨਾ ਨਾ ਉਹ ਇਹ ਹੈ ਕਿ ਅਸੀਂ ਹਰ ਭਜਨ ਸਿੰਘ ਹੁਣਾਂ ਨੂੰ ਸਮਝਿਆ ਕਿਵੇਂ ਕਿਉਂਕਿ ਬਾਰ ਬਾਰ ਜ਼ਿਕਰ ਆਇਆ ਉਹਨਾਂ ਦੀ ਪ੍ਰਸੰਸਾ ਵੀ ਕੀਤੀ ਨਮਸਕਾਰ ਵੀ ਕੀਤਾ ਤੇ ਉਹਨਾਂ ਦੇ ਨਾਲ ਵਿਰੋਧ ਵੀ ਪੈਦਾ ਹੋਇਆ ਜਿਹੜੀ ਤੁਸੀਂ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਗਿਆ ਚਾਹੇ ਡਾਕਟਰ ਗਿੱਲ ਦੀਆਂ ਐਡਿਟ ਕੀਤੀਆਂ ਨੇ ਜਾਂ ਹੋਰ ਕਿਤਾਬਾਂ ਨੇ ਉਹਨਾਂ ਦਾ ਜ਼ਿਕਰ ਕਰਾਂਗਾ ਬਾਅਦ ਵਿੱਚ ਤੁਹਾਡੇ ਨਾਲ ਅ ਇੱਕ ਸਾਡੇ ਕੋਲ ਜਗਤਾਰਜੀਤ ਉਹਨਾਂ ਦੀ ਪਿੱਛੇ ਕਿਤਾਬ ਆਈ ਏ ਇਹ ਕਮਰਜੀਤ ਚੰਦਨ ਉਹਨਾਂ ਦੀ ਆਈ ਸੀ 1984 ਜਿਹਦੇ ਵਿੱਚ ਉਹਨਾਂ ਨੇ 84 ਬਾਰੇ ਜਿਹੜੀਆਂ ਕਵਿਤਾਵਾਂ ਸੀ ਉਹਨਾਂ ਨੂੰ ਬਹੁਤ ਸਲੀਕੇ ਨਾਲ ਇਕੱਠਾ ਕੀਤਾ ਔਰ ਨੰਬਰ 2 ਤੇ ਬੜੇ ਉਮਦਾ ਤਰੀਕੇ ਨਾਲ ਉਹਨੂੰ ਪੋਲੀਟੀਕਲ ਪੋਇਟਰੀ ਦੇ ਅ ਇੱਕ ਤਰ੍ਹਾਂ ਦੇ ਅੰਤਰਰਾਸ਼ਟਰੀ ਪਸਮੰਦਰ ਦੇ ਵਿੱਚ ਉਹਨਾਂ ਸਾਰੀਆਂ ਦੀ ਵਿਆਖਿਆ ਵੀ ਕੀਤੀ ਹੈ ਉਹ ਆਪਣੇ ਆਪ ਚ ਵਧੀਆ ਕੰਮ ਨੇ ਜਿਹੜੇ ਇਹਨਾਂ ਦੋਨਾਂ ਨੇ ਕੀਤੇ ਨੇ ਕੁੱਲ 12 ਕਿਤਾਬਾਂ ਡਾਕਟਰ ਸਾਹਿਬ ਤੇ ਲਿਖੀਆਂ ਗਈਆਂ ਉਹਨਾਂ ਦੇ ਵਿੱਚ ਐਡਜੈਕਟਿਵਸ ਨਾਲ ਭਰੀਆਂ ਪਈਆਂ ਤੇ ਜਾਤ ਰਸਕਾਰ ਨਾਲ ਭਰੀਆਂ ਪਈਆਂ ਔਰ ਜਿਵੇਂ ਜ਼ਿਕਰ ਆਇਆ ਸਿੱਖੋਂ ਸਾਹਿਬ ਦਾ ਸਿਖੋ ਸਾਹਿਬ ਦੇ ਨਾਲ ਵਿਚਾਰ ਧਾਰਕ ਮਤਭੇਦ ਹੋਣ ਦੇ ਬਾਵਜੂਦ ਉਹਨਾਂ ਦੀ ਸ਼ਾਇਰੀ ਨੂੰ ਵੀ ਤਸلیم ਕਰਦੇ ਸੀ ਪਰ ਉਹਨਾਂ ਦੀ ਸਮੀਖਿਆ ਨੂੰ ਇਸੇ ਤਰ੍ਹਾਂ ਅਮਰੀਕ ਸਿੰਘ ਹੋਣੇ ਜਿਹਨਾਂ ਦਾ ਮੈਂ ਜ਼ਿਕਰ ਪਹਿਲਾਂ ਕੀਤਾ ਨੂਰ ਸਾਹਿਬ ਡਾਕਟਰ ਨਗਿੰਦਰ ਹਰਪਜਨ ਸਿੰਘ ਹੋਣਾ ਨੇ ਇੱਕ ਕਿਤਾਬ ਦਾ ਅਨੁਵਾਦ ਕੀਤਾ ਹਜ਼ਾਰੀ ਪ੍ਰਸਾਦ द्विवेदी ਹੋਣਾਂ ਦੀ ਕਿਤਾਬ ਸੀ ਔਰ ਉਸ ਕਿਤਾਬ ਦਾ ਅਨੁਵਾਦ ਕਰਨਾ ਹਰ ਹਰ ਇੱਕ ਦੇ ਵਾਸਤਾ ਰੋਗ ਨਹੀਂ ਸੀ ਉਹ ਵੱਖ-ਵੱਖ ਬੰਦਿਆਂ ਦੇ ਕੋਲ ਜਾਂਦੇ ਰਹੇ ਤੇ ਕਿਤਾਬ ਅਨੁਵਾਦ ਹੋ ਕੇ ਸਾਹਮਣੇ ਆ ਗਈ ਜਿਹੜਾ ਅੱਜ ਸਾਡਾ ਜ਼ਮਾਨਾ ਹੈ ਨਾ ਇਹ ਪੈਰਾਸਾਈਟਿਕ ਸਕਾਲਰਸ਼ਿਪ ਦਾ ਜ਼ਮਾਨਾ ਹੈ ਇਹਦਾ ਆਰਟੀਕਲ ਲਿਖਾ ਉਹਦਾ ਲਿਖਾ ਉਹਦਾ ਲਿਖਾ ਬਾਤ ਮੋਟਾ ਸਾਰਾ ਆਪਣਾ ਸੰਪਾਦਕ ਲਿਖਦੇ ਆਪਣਾ ਕੱਖ ਵੀ ਨਹੀਂ ਵਿੱਚ ਇਹ ਜ਼ਮਾਨਾ ਹੈ ਹਰ ਭਜਨ ਸਿੰਘ ਉਹਨਾਂ ਦੇ ਸਾਹਮਣੇ ਕਿਤਾਬ ਪਈ ਏ ਉਹ ਕਹਿੰਦੇ ਮੇਰੀਆਂ ਅੱਖਾਂ ਭਰੀਆਂ ਨੇ ਕਿ ਮੈਂ ਇਹਦਾ ਸੰਪਾਦਕ ਹਾਂ ਮੈਂ ਤੇ ਉਹਦੇ ਕੋਲ ਵੀ ਮਦਦ ਲਈ ਸੀ ਮੈਂ ਤੇ ਉਹਦੇ ਕੋਲ ਵੀ ਮਦਦ ਲਈ ਸੀ ਉਹਦੇ ਕੋਲ ਵੀ ਲਈ ਸੀ ਉਹਦੇ ਕੋਲ ਵੀ ਲਈ ਸੀ ਕਿੰਦ ਲੱਗਦਾ ਮੇਰੇ ਨਾਂ ਦੇ ਵਿੱਚ ਮੈਨੂੰ ਕਈ ਨਾਂ ਦਿਖਾਈ ਦਿੰਦੇ ਪੈਣੇ ਇਹ ਕੋਈ ਵੱਡਾ ਬੰਦਾ ਹੀ ਇਹ ਗੱਲ ਕਹਿ ਸਕਦਾ ਜਿਹੜੇ ਲੋਕਾਂ ਨੇ ਵਿਰੋਧ ਕੀਤੇ ਨੇ ਨਾ ਉਹ ਬੇਸਿਕਲੀ ਤਿੰਨ ਪੱਧਰਾਂ ਤੇ ਹੋਏ ਨੇ ਵਿਰੋਧ ਕਿਉਂਕਿ ਹੁਣ ਜ਼ਮਾਨਾ ਉਹ ਤੁਸੀਂ ਇਹ ਸਮਾਂ ਨਹੀਂ ਹੈਗਾ ਸਾਨੂੰ ਚਾਹੀਦਾ ਹਰ ਚੀਜ਼ ਨੂੰ ਇੱਕ ਤਰਕਸ਼ੀਲ ਤਰੀਕੇ ਨਾਲ ਇੱਕ ਵਿਗਿਆਨਕ ਤਰੀਕੇ ਨਾਲ ਇੱਕ ਬૌਧਿਕ ਤਰੀਕੇ ਨਾਲ ਦੇਖਣ ਦੀ ਕੋਸ਼ਿਸ਼ करिए ਪਹਿਲਾ ਵਿਰੋਧ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 1965 ਦੇ ਵਿੱਚ ਹੋਇਆ ਉਸ ਤੋਂ ਬਾਅਦ ਜਦੋਂ 1968 ਦੇ ਵਿੱਚ ਇੱਥੇ ਲੱਗੇ ਨਾ ਇੱਥੇ ਵੀ ਦਬਾ ਕੇ ਵਿਰੋਧ ਹੋਇਆ ਡਾਕਟਰ ਨਗੇਂਦਰ ਹੋਣਾ ਦੇ ਡਾਕੂਮੈਂਟਸ ਪੜ੍ਹ ਕੇ ਦੇਖੋ ਅਮਰੀਕ ਸਿੰਘ ਹੋਣਾ ਦੇ ਦਸਤਾਵੇਜ਼ ਪੜ੍ਹ ਕੇ ਦੇਖੋ ਔਰ ਉਹੀ ਪੇਰ ਕੋ ਤਾਂ ਬੰਦੇ ਕੋ ਪੰਜਾਬੀ ਦੀ ਡਿਗਰੀ ਕੋਈ ਨਹੀਂ ਇਹ ਆਕਾਰਨ ਨਹੀਂ ਵਾਪਰਿਆ ਇਹਦਾ ਕਾਰਨ ਸੀਗਾ ਉਹਦਾ ਮੈਂ ਹਵਾਲਾ ਜ਼ਰੂਰ ਇੱਥੇ ਦੇਣਾ ਚਾਹੁੰਦਾ ਕਿ ਮੋਹਨ ਸਿੰਘ ਦੀਵਾਨਾ 1959 ਦੇ ਵਿੱਚ ਤੁਹਾਡੇ ਕੋ ਰਟਾਇਰ ਹੋਏ ਨੇ 1959 ਚ ਤੇ ਉਹ ਆਪਣੀ तमाम ਉਮਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਹੀ ਵਾਸ ਓਨਰ ਇਨ ਐਮਏ ਓਨਰ ਇਨ ਇੰਗਲਿਸ਼ ਪੀ ਐਚ ਡੀ ਇਨ ਉਰਦੂ ਡੀ ਲਿਟਰ ਇਨ ਪੰਜਾਬੀ ਲਿਟਰੇਚਰ ਔਰ ਜਿਸ ਦੀ ਜ਼ੁਬਾਨ ਦੇ ਵਿੱਚ ਉਹਨਾਂ ਨੇ ਇੰਗਲਿਸ਼ ਲਿਖੀ ਉਸ ਵੇਲੇ ਜਿਸ ਅੰਦਾਜ਼ ਸੇ ਅੰਗਰੇਜ਼ੀ ਲਿਖੀ ਅੰਗਰੇਜ਼ ਕਹਿੰਦੇ ਸੀ ਵੀ ਇੰਗਲਿਸ਼ ਕੈਨ ਨਾਟ ਬੀ ਬੈਟਰ ਰਿਟਨ ਇਸ ਤੋਂ ਸੋਹਣੀ ਅੰਗਰੇਜ਼ੀ ਨਹੀਂ ਲਿਖੀ ਜਾ ਸਕਦੀ ਔਰ ਜਿਹੜੇ ਬ੍ਰਿਟਾਨਵੀ ਸਾਮਰਾਜ ਸਵਾਲ ਖੜੇ ਕਰਦਾ ਪਿਆ ਸੀ ਉਹਦੇ ਪਹਿਲੀ ਵਾਰ ਤਾਰਕਿਕ ਉੱਤਰ ਮੋਹਨ ਸਿੰਘ ਦਿਵਾਨਾ ਨੇ ਦਿੱਤੇ ਚਾਰ ਵਾਰ ਇਤਿਹਾਸ ਲਿਖਿਆ ਉਹਨਾਂ ਨੇ ਉਹ ਹੁਣ ਬੰਦਾ ਪ੍ਰੋਫੈਸਰ ਨਹੀਂ ਬਣਿਆ ਲੋਕਾਂ ਦੇ ਅਵਚੇਤਨ ਵਿੱਚ ਇਹ ਗੱਲ ਵਸੀ ਸੀ ਕਿ ਐਡਾ ਪੜਿਆ ਲਿਖਿਆ ਬੰਦਾ ਪ੍ਰੋਫੈਸਰ ਨਹੀਂ ਬਣਿਆ ਤੇ ਗਿਆਨੀ ਬੰਦੇ ਨੂੰ ਪ੍ਰੋਫੈਸਰ ਲਈ ਜਾਂਦੇ ਹੋ ਤੁਸੀਂ ਇਸ ਕਰਕੇ ਸਾਰੇ ਵਿਰੋਧਾਂ ਦਾ ਜਨਮ ਇਸ ਗੱਲ 'ਚੋਂ ਹੋਇਆ ਔਰ ਮਗਰ ਇਥੋਂ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਮਰੀਕ ਸਿੰਘ ਵੀ ਇਸ ਯੂਨੀਵਰਸਿਟੀ ਚ ਆਗਾ ਸੀ ਉਦੋਂ ਪ੍ਰੋਫੈਸਰ ਦੇ ਤੌਰ ਤੇ ਉਹਨਾਂ ਦੀ ਸਿਲੈਕਸ਼ਨ ਹੋ ਗਈ ਜਿਹੜੇ ਜਿਆਦੇ ਸਵਾਲ ਉਠਾਏ ਨਾ ਲੋਕਾਂ ਨੇ ਜਿਹੜਾ ਸਹਿਦ ਰਸਾਲੇ ਦਾ ਜੇ ਵੀ ਜ਼ਿਕਰ ਆਇਆ ਉਹਦੇ ਵਿੱਚ ਉਹ ਸਾਰਾ ਜ਼ੋਰ ਇਸ ਗੱਲ ਤੇ ਲਗਾ ਸੀ ਲਓ ਜੀ ਇਹਨਾਂ ਨੂੰ ਤਾਂ ਭਾਸ਼ਾ ਵਿਗਿਆਨੀ ਨਹੀਂ ਆਉਂਦਾ ਇਹਨਾਂ ਨੂੰ ਤਾਂ ਸੰਰਚਨਾਵਾਦ ਦਾ ਹੀ ਨਹੀਂ ਪਤਾ ਇਹਨਾਂ ਨੂੰ ਤਾਂ ਮਾਰਕਸਵਾਦ ਦਾ ਨਹੀਂ ਪਤਾ ਔਰ ਕੋਸ਼ਤਾ ਗਾਲੀ ਗਲੋਚ ਨਾਲ ਭਰੇ ਸੀ ਤੇ ਕੁਝ ਦੇ ਵਿੱਚ مشورہ ਦੇਣ ਕਿ ਹਰਪ੍ਰੀਤ ਸਿੰਘ ਨੂੰ ਜਿਹੜਾ ਨਾ ਉਹ ਅਨਵਾਦ ਅਨੁਵਾਦ ਕਰਨੇ ਚਾਹੀਦੇ ਨੇ ਤੇ ਕਵਿਤਾ ਲਿਖਣੀ ਚਾਹੀਦੀ ਏ ਤੇ ਬਾਣੀ ਪੜ੍ਹਨੀ ਚਾਹੀਦੀ ਏ ਕਿਸੇ ਜ਼ਮਾਨੇ ਦੇ ਵਿੱਚ ਦੁਸ਼ੰਤ ਕੁਮਾਰ ਨੇ ਇੱਕ ਸ਼ੇਰ ਲਿਖਿਆ ਸੀ ਕਿਉਂਕਿ ਉਹ ਬੰਦਾ ਆਇਆ ਤੇ ਪੂਰੇ ਪੰਜਾਬੀ ਜਗਤ ਦੇ ਵਿਦਿਅਕ ਸਿਆਸਤ ਉੱਤੇ ਡੋਮਿਨੇਟ ਕਰ ਗਿਆ ਪੂਰੇ ਤਰੀਕੇ ਨਾਲ ਉਹ ਕਹਿੰਦੇ ਹਰ ਤਰਫ ਇਤਰਾਜ਼ ਹੁੰਦਾ ਹੈ ਮੈਂ ਜਦ ਰੋਸ਼ਨੀ ਮੇ ਆਤਾ ਹਾਂ ਹਨੇਰੇ ਚ ਬੈਠੇ ਰਹੋ ਕੋਈ ਨਹੀਂ ਪੁੱਛਦਾ ਕਿਉਂਕਿ ਹਰਪੰਨ ਸਿੰਘ ਦਿੱਲੀ ਤੋਂ ਚੱਲਦਾ ਸੀ ਪੰਜਾਬ ਯੂਨੀਵਰਸਿਟੀ ਚ ਪੰਜਾਬੀ ਯੂਨੀਵਰਸਿਟੀ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਉਹਦੀ ਸਰਦਾਰੀ ਦਾ ਦੌਰ ਸੀ ਔਰ ਜਿਹੜੇ ਦੋ ਮਜ਼ਮੂਨ ਹੋਰ ਲਿਖੇ ਗਏ ਜਿਹੜੇ ਸਾਰੇ ਵਾਕਫ ਨੇ ਹਰਪੰਨ ਸਿੰਘ ਉਹਨਾਂ ਨੇ ਇੱਕ ਕਵਿਤਾ ਲਿਖੀ ਸੀ ਨਿੰਦਿਆ ਨੀਂਦਰ ਵਰਗੀ ਸੋਣੀ ਕਈ ਵਾਰੀ ਮੈਨੂੰ ਇੰਜ ਲੱਗਦਾ ਕਿ ਚੋਗਲੀ ਤੇ ਨਿੰਦਿਆ ਪੰਜਾਬੀ ਸਮਾਜ ਦੇ ਵਿੱਚ ਜਿਹੜਾ ਬੰਦੇ ਦਾ ਬੁਚੇਤਨ ਹੈ ਉਹਦਾ ਹਿੱਸਾ ਹੈ ਸਾਨੂੰ ਬੜੀ ਤਸੱਲੀ ਮਿਲਦੀ ਹੈ ਕਿਸੇ ਦੀ ਜਦੋਂ ਕਿਸੇ ਦੀ ਹੋ ਰਹੀ ਹੋਏ ਨਾ ਬੇਇੱਜ਼ਤੀ ਚੋਗਲੀ ਹੋ ਰਹੀ ਹੋਏ ਨਿੰਦਿਆ ਹੋ ਰਹੀ ਹੋਏ ਤੇ ਰੂਸੀ ਇੱਕ ਲੇਖਕ ਹੈ ਕਹਿੰਦਾ ਐਵੇਂ ਕਹਿੰਦੇ ਲੋਕੀ ਗੱਲਾਂ ਨਹੀਂ ਚੋਗਲੀਆਂ ਨਹੀਂ ਕਰਨੀਆਂ ਚੋਗਲੀਆਂ ਨਹੀਂ ਕਰਨੀਆਂ ਜੇ ਚੋਗਲੀਆਂ ਨਹੀਂ ਕਰਨੀਆਂ ਤੇ ਗੱਲਾਂ ਸੁਆਹ ਕਰਨੀਆਂ ਫਿਰ ਮਨ ਨੂੰ ਲੱਗਦਾ ਪੰਜਾਬੀ ਬੰਦੇ ਤੇ ਜ਼ਿਆਦਾ ਟੋਕ ਦੀ ਗੱਲ ਹੈ। ਔਰ 2 ਲੇਖ ਲਿਖੇ ਉਹਨਾਂ ਬਾਰੇ ਕਿ ਮੈਂ ਜ਼ਰੂਰ ਜ਼ਿਕਰ ਕਰਾਂਗਾ ਉਹਨਾਂ ਦਾ। ਇੱਕ ਲੇਖ ਲਿਖਿਆ ਹੈ ਹਰਪ੍ਰੀਤ ਸਿੰਘ ਇੰਨਾ ਕਿਉਂ ਲਿਖਦਾ ਹੈ। ਗੁਰਵਚਨ ਉਹਨਾਂ ਨੇ ਲਿਖਿਆ, ਦੂਜਾ ਲਿਖਿਆ ਪੁਰਸਕਾਰ ਪੁਰਸ਼ ਹਰਪ੍ਰੀਤ ਸਿੰਘ। ਔਰ ਮੈਂ ਇੱਕ ਵਾਰੀ ਗੁਰਵਚਨ ਉਹਨਾਂ ਨੂੰ ਹੀ ਪੁੱਛਿਆ ਕਿ ਮੈਂ ਬੜੀ ਜ਼ਿੰਮੇਵਾਰੀ ਨਾਲ ਤੁਹਾਨੂੰ ਸਟੇਟਮੈਂਟ ਦੇ ਰਿਹਾ। ਕਿ ਜਿਹੜੀ ਰਾਈਟਿੰਗ ਨੂੰ ਪੜਨ ਤੋਂ ਪਹਿਲਾਂ ਹੀ ਸਕਾਲਰਲੀ ਰਾਈਟਿੰਗ ਨੂੰ ਪੜਨ ਤੋਂ ਪਹਿਲਾਂ ਹੀ ਪਤਾ ਲੱਗ ਜੇ ਵਿੱਚ ਆ ਹੈ ਤੇ ਮੈਨੂੰ ਦੱਸੋ ਪੇ ਸਕਾਲਰਲੀ ਰਾਈਟਿੰਗ ਹੁੰਦੀ ਹੈ ਜੇ ਤੁਹਾਨੂੰ ਪੜਨ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਵੀ ਇਸ ਬੰਦੇ ਨੇ ਭਾਪਾ ਪ੍ਰੀਤਮ ਸਿੰਘ ਬਾਰੇ ਆ ਲਿਖਣਾ ਹੈ ਹਰਭਜਨ ਸਿੰਘ ਬਾਰੇ ਆ ਲਿਖਣਾ ਹੈ ਸੁਰਜੀਤ ਪਾਤਰ ਬਾਰੇ ਆ ਲਿਖਣਾ ਹੈ ਸੁਤਿੰਦਰ ਸਿੰਘ ਨੂਰ ਬਾਰੇ ਅਜੀਤ ਕੌਰ ਬਾਰੇ ਦਲੀਪ ਕੋਟੇਵਾਣਾ ਬਾਰੇ ਬਰਿਆਮ ਸੰਧੂ ਬਾਰੇ ਦਿੱਲੀ ਸਕੂਲ ਦੀ ਸਮੀਖਿਆ ਬਾਰੇ ਇਹ ਤਾਂ ਸੀ ਇਟ ਕੈਨ ਬੀ ਈਜ਼ਲੀ ਐਂਟੀਸੀਪੇਟਡ ਇਹ ਆ ਬੰਦੇ ਨੇ ਲਿਖਣਾ ਇਹ ਚੀਜ਼ ਇਤਰਾਜ਼ ਕੀ ਉੱਠੇ ਕਿ ਜਿੰਨਾ ਜਿੰਨਾ ਗੱਲਾਂ ਕਰਕੇ ਲੋਕ ਭਗਤ ਸਿੰਘ ਦੀ ਸ਼ਾਇਰੀ ਦੀ ਜਾਂ ਉਹਦੀ ਸਾਹਿਤ ਚਿੰਤਨ ਦੀ ਚਾਹੇ ਖੋਜ ਸੀ ਚਾਹੇ ਸਿਧਾਂਤ ਸੀ ਚਾਹੇ ਆਲੋchnਾ ਸੀ ਤਾਰੀਫ ਕਰਦੇ ਸੀ ਉਹਨਾਂ ਸਾਰਿਆਂ ਦੇ ਉੱਤੇ ਉਹਨੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਪਹਿਲਾਂ ਕੀ ਲਾਇਆ ਕਹਿੰਦਾ ਇਹ ਸਾਰੀਆਂ ਲਿਖਤਾ ਨਿੱਕ ਸੁੱਕ ਲਿਖਤਾ ਨੇ ਔਰ ਇਹਨਾਂ ਦੇ ਵਿੱਚ ਜਿਹੜੀਆਂ ਬੰਦੇ ਦੀਆਂ ਸਦੀਵੀ ਆਕੰਖਿਆਵਾਂ ਨੇ ਕਾਇਨਾਤੀ ਆਕੰਖਿਆ ਮਨੇ ਉਹ ਹੈ ਹੀ ਨਹੀਂ ਦੂਜਾ ਲਾਇਆ ਵੈਸੇ ਚੰਗਾ ਕੀਤਾ ਰਪੰਜ ਸਿੰਘ ਉਹਨਾਂ ਨੇ 99 ਚੋਂ ਕਵਿਤਾਵਾਂ ਨਹੀਂ ਛਾਪੀਆਂ ਗੁਰਵੱਜਨ ਜੀ ਦਾ ਕਮੈਂਟ ਹੈ ਕਹਿੰਦੇ ਕਿ ਇਹਦੇ ਅੰਦਰ ਜਿਹੜੀਆਂ 84 ਵਰ ਕਵਿਤਾਵਾਂ ਲਿਖੀਆਂ ਹਨ ਉਹਦੇ ਚ ਅਸੀਮ ਊਰਜਾ ਸ਼ਕਤੀ ਹੈ ਤੇ ਪੰਜਾਬ ਦੇ ਲੋਕमानस ਦੀ ਤੜਪ ਵੇਗ ਪਰ ਹੁਣ ਉਹ ਇਹਨਾਂ ਕਵਿਤਾਵਾਂ ਨੂੰ ਛਾਪਨ ਤੋਂ ਕੰਨੀ ਘਤਰਾਉਂਦਾ ਤੀਜਾ ਕੀ ਲਿਖਿਆ ਕਿ ਜ਼ਿੰਦਗੀ ਬਾਰੇ ਸਮੁੱਚੀ ਕੋਈ ਮਹਾ ਦ੍ਰਿਸ਼ਟੀ ਨਹੀਂ ਹੈਗੀ ਚੌਥਾ ਇਲਜ਼ਾਮ ਜਿਹੜਾ ਬੜਾ ਭਿਆਨਕ ਔਰ ਖਤਰਨਾਕ ਹੈ ਕਿਸੇ ਬੰਦੇ ਨੂੰ ਇਹ ਕਹਿ ਦਿਓ ਕਿ ਲੋਜੀ ਨੇ ਤਾਂ ਫਲਾਣੀ ਥਾਂ ਤੋਂ ਨਕਲ ਮਾਰੀ ਫਲਾਣੀ ਚੀਜ਼ ਦੀ ਉਹ ਉਹ ਕਹਿੰਦੇ ਵੀ ਇੱਕ ਛੋਟਾ ਜਿਹਾ ਮੋਨੋਗ੍ਰਾਫ ਲਿਖਿਆ ਸੀ ਹਰਜੀਤ ਸਿੰਘ ਗਿੱਲ ਨੇ ਫਲਾਬੇਰ ਤੇ ਉਹ ਕਹਿੰਦੇ ਉਹਦੇ ਵਿੱਚੋਂ ਹਰਪ੍ਰਜਨ ਸਿੰਘ ਨੇ ਤਿੰਨ ਕਿਤਾਬਾਂ ਕੱਢਦੀਆਂ ਇੱਕ ਪ੍ਰੇਮ ਪ੍ਰਕਾਸ਼ ਵਾਲੀ ਕਿਤਾਬ ਕੱਢ ਦਿੱਤੀ ਐ ਇੱਕ ਤਰਸੇਮ ਨੀਲਗਿਰੀ ਦੀ ਕੱਢਤੀ ਉਹਦਾ ਤੀਜਾ ਨਾਟਕ ਦਾ ਅਨਲਿਸਿਸ ਕੱਢਤਾ ਮੈਂ ਨਹੀਂ ਕਹਿ ਰਿਹਾ ਕਿ ਇਹ ਵਾਪਰ ਨਹੀਂ ਸਕਦਾ ਪਰ ਕੋਈ ਯਾਰ ਹਵਾਲਾ ਤੇ ਦਿਓ ਥੋੜੀ ਬਹੁਤ ਵਿਦਿਅਕ ਇਮਾਨਦਾਰੀ ਦਾ ਪੱਲਾ ਤਾਂ ਫੜ ਕੇ ਰੱਖੀਏ ਇਹ ਕੀ ਕਹੀ ਤੁਰੇ ਜਾ ਰਹੇ ਸੀ ਜਿਹਦੇ ਬਾਰੇ ਇੱਕ ਬੰਦਾ ਤਮਾਮ ਉਮਰ ਲੱਗਾ ਰਿਹਾ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਸੰਸਥਾ ਜਿਹਨਾਂ ਕੰਮ ਕਰਦਾ ਪਿਆ ਇਹ ਕਿਸ ਤਰ੍ਹਾਂ ਦੀ ਦੋਸ਼ਣਬਾਜ਼ੀ ਕਰਦੇ ਪਿਆ ਔਰ ਨਿੱਕੀ ਨਿੱਕੀ ਕਹਿੰਦੇ ਮੁਸ਼ਕਲ ਕਰਦਾ ਪਿਆ ਤੇ ਬੂੰਦ ਬੂੰਦ ਕਮਾਈ ਕਰਦਾ ਉਹਨੂੰ ਅਵਾਰਡ ਮਿਲਦਾ ਪਿਆ ਤੇ ਅੱਗੋਂ ਅਸਿਹਾਰ ਰਿਵਾਰਡ ਦੇ ਰਹੇ ਆ ਇਹ ਹੋਰ ਦੂਸਰਾ ਜਿਹੜਾ ਮਜ਼ਮੂਨ ਹੈ ਉਹਦੇ ਚ ਹੋਰ ਵੀ ਬੜੀਆਂ ਦਿਲਚਸਪ ਗੱਲਾਂ ਨੇ ਕਹਿੰਦਾ ਭਜਨ ਸਿੰਘ ਇੱਕ ਤਰੱਕੀ ਪਸੰਦ ਵਿਅਕਤੀ ਹੈ ਤੇ ਉਹਦੀ ਤਰੱਕੀ ਕਿੱਥੋਂ ਦੇਖਣੇ ਹਰੀ ਤੋਂ ਲੈ ਕੇ ਤੇ ਭਜਨ ਤੇ ਕਣਾਂ ਦੂਜਾ ਕੀ ਹੈ ਕਹਿੰਦਾ ਅਵਲ ਰਹਿਣ ਦਾ ਪਰਮਾਨ ਹੈ ਇਨਾਮ ਅਸੀਂ ਕਹਿ ਰਹੇ ਹਾਂ ਕਿ ਜਿਸ ਵੀ ਖੇਤਰ 'ਚ ਗਿਆ ਉਹ ਤਾਂ ਸਭ ਤੋਂ ਅੱਗੇ ਵਿਚਰਿਆ ਚਾਹੇ ਸ਼ਾਇਰ ਸੀ ਚਾਹੇ ਚਿੰਤਕ ਸੀ ਚਾਹੇ ਨਵਾਦਕ ਸੀ ਚਾਹੇ ਸੰਪਾਦਕ ਸੀ ਉਹ ਕਹਿੰਦੇ ਵੀ ਉਹ ਤੇ ਫਿਰ ਉਸ ਤੋਂ ਬਾਅਦ ਕੀ ਕਹਿੰਦੇ ਨੇ ਇਹ ਸਵੈ ਤਰਸ ਦੀ ਭਾਵਨਾ ਹੈ ਇਹ ਮਤਲਬ ਇਹਦੇ 'ਚ ਪਰਗੀਤ ਤੇ ਬੀਜ ਨੇ ਉਸ ਨੂੰ ਮਨੁੱਖ ਜਾਤੀ ਵਿਚਾਰਧਾਰਾ ਤੇ ਚਿੰਤਨ ਤੋਂ ਛਿੜ ਹੈ ਔਰ ਸਿਰਜੇ ਸ਼ਬਦ ਦ੍ਰਿਸ਼ ਤੇ ਦ੍ਰਿਸ਼ਟੀ ਤੋਂ ਬਿਹੋਣੇ ਨੇ ਸ਼ੇਲਪੀ ਇਹ ਕਹਿੰਦੇ ਉਹਦੇ 'ਚ ਤਾਂ ਜੀਵਨ ਅਨੁਭਵ ਹੈ ਹੀ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਜੋ ਕੁਝ ਕਿਸੇ ਬਾਰੇ ਲਿਖਦੇ ਆ ਉਹਦੇ ਵਿੱਚ ਅਸੀਂ ਪੰਜਾਬੀ ਖਾਸਔਰਤ ਕੀ ਕਰਦੇ ਆ ਕਿ ਅਸੀਂ ਕਾਟਾ ਮਾਰਨ ਦੀ ਫਟਾਫਟ ਕਰਦੇ ਆ ਅਸੀਂ ਕੋਈ ਤੇਜ਼ ਦੌੜਦਾ ਪਿਆ ਉਹਦੇ ਬਰਾਬਰ ਦੌੜਨ ਦੀ بجائے ਨਾ ਸਾਡੀ ਕੋਸ਼ਿਸ਼ ਇਹ ਹੁੰਦੀ ਏ ਜਦੋਂ ਛੋਟੇ-ਛੋਟੇ ਕਾਲਜਾਂ ਦੇ ਮੈਚ ਹੁੰਦੇ ਸੀ ਨਾ ਤੇ ਜਿਹੜਾ ਬੰਦਾ ਸੈਂਟਰ ਫਾਰਵਰਡ ਖੇਡ ਰਿਹਾ ਹੁੰਦਾ ਸੀ ਉਹ ਦੂਜਾ ਇਹਦਾ ਕੋਚ ਇਹ مشورہ ਦਿੰਦਾ ਸੀ ਇਹਦੇ ਲੱਤਾਂ ਤੇ ਹਾਕੀ ਮਾਰ ਇਹ ਨਹੀਂ ਕਹਿੰਦੇ ਵੀ ਚੰਗਾ ਖੇਡ ਇਸੇ ਤਰ੍ਹਾਂ ਹੀ ਸਾਡੇ ਵਾਪਰਿਆ ਵੀ ਜਿਹੜੀ ਲਕੀਰ ਵੱਡੀ ਹੈ ਨਾ ਤੁਸੀਂ ਆਪਣੀ ਮਿਹਨਤ ਨਾਲ ਉਹਦੇ ਤੋਂ ਅੱਗੇ ਲੰਘਣ ਦੀ ਬਜਾਏ ਉਸ ਲਕੀਰ ਦੇ ਉੱਤੇ ਕਾਟਾ ਮਾਰੀ ਜਾ ਰਹੇ ਹੋ ਸ਼ਾਇਰੀ ਵਾਲੇ ਪਾਸੇ ਆਓ ਹਰਪ੍ਰਜਨ ਸਿੰਘ ਹੋਣਾ ਨੇ ਉਹੰਦਾ ਤਰੀਕੇ ਦੇ ਨਾਲ ਆਪਣਾ ਕਨਸੈਪਟ ਜਿਹੜਾ ਉਪੇਸ਼ਕੀਤਾ ਚਾਹੇ ਮੇਰੀ ਕਾਵਿ ਯਾਤਰਾ ਸੀ ਚਾਹੇ ਮੈਂ ਜੋ ਬੀਤ ਗਿਆ ਸੀ ਚਾਹੇ ਸਨਮਾਨ ਤੇ ਸਮੀਖਿਆ ਨੇ ਕਿਤਾਬਾਂ ਲਿਖੀਆਂ ਦੋ ਮਹਿੰਦਰ ਚੌਰ ਗਿੱਲ ਹੋਣਾ ਨੇ ਸੋਚ ਸਿਰਜੀਰ ਭਜਨ ਸਿੰਘ ਉਹਨਾਂ ਦੇ ਵਿੱਚ ਉਹਨਾਂ ਦਾ ਕਨਸੈਪਟ ਪਿਆ ਸੀ ਮਨੂੰ ਲੱਗਦਾ ਜੇ ਹਰਭਜਨ ਸਿੰਘ ਦੀ ਸ਼ਾਇਰੀ ਨੂੰ ਸਮਝਣਾ ਤਾਂ ਸਭ ਤੋਂ ਪਹਿਲੇ ਨੰਬਰ ਤੇ ਉਹਨਾਂ ਦੇ ਉਸ ਸੰਕਲਪ ਨੂੰ ਸਮਝੋ ਕਹੜਾ ਕੀ ਚਾਹੁੰਦਾ ਮੈਂ ਨਹੀਂ ਕਹਿੰਦਾ ਕਿ ਸੰਕਲਪ ਤੇ ਸਿਰਜਣਾ ਦੇ ਵਿਚਾਰ ਮੁਕੰਮਲ ਤੌਰ ਤੇ ਤوازن ਹੁੰਦਾ ਪੈਣੀ ਇਹ ਗੱਲ ਕਹਿ ਰਿਹਾ ਉਹਦੇ ਚ ਅੰਤਰ ਵਿਰੋਧ ਵੀ ਹੋ ਸਕਦੇ ਨੇ ਪਰ ਘੱਟੋ ਘੱਟ ਸਮਝੋ ਤਾਂ ਸਹੀ ਅਗਲਾ ਕੀ ਕਹਿਣਾ ਚਾਹੁੰਦਾ ਹਰਪ੍ਰੀਤ ਸਿੰਘ ਉਹਨਾਂ ਨੇ ਲਿਖਿਆ ਮੈਂ ਤੇ ਮੇਰੀ ਕਵਿਤਾ ਇੱਕ ਦੂਜੇ ਦੇ ਅੰਗ ਸੰਗ ਵਿਚਰਦੇ ਹਾਂ ਕਵਿਤਾ ਕਵਿਤਾ ਦਹਰਾਓ ਨਹੀਂ ਮੈਂ ਵੱਡੀਆਂ-ਵੱਡੀਆਂ ਟੋਕਾਂ 'ਚ ਛੋਟੇ-ਛੋਟੇ ਟੁਕੜੇ ਫੜੇ ਨੇ ਨਬ ਸਿਰਜਣਾ ਹੈ ਮੈਨੂੰ ਆਪਣੇ ਵਿਗੋਚੇ ਦਾ ਬੜਾ ਅਸਰਾ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਕੇ ਤੁਰਤੇ ਕਨੌ ਦੀ ਰਚਨਾ ਦੇ ਆਸ-ਪਾਸ ਨਾਲ-ਨਾਲ ਚੱਲਦਾ ਪ੍ਰਾਪਤ ਦੇ ਕੋਝ ਅਤੇ ਅਪਰਾਪਤ ਦੇ ਸੋਚ ਦੇ ਮਿਲਨ ਬਿੰਦੂ ਉੱਪਰ ਮੇਰੀ ਸਿਰਜਣਾ ਦਾ ਨਿਵਾਸ ਹੈ ਪਹਿਲ ਮੇਰੀ ਪਹਿਲ ਕਾਬਲੇ ਹੀ ਹੈ ਜੋ ਕੁਝ ਕਾਬ ਤੋਂ ਉਹੋਂ ਪਰਾਂ ਹੈ ਉਸ ਨੂੰ ਤਿਆਗਦਿਆਂ ਮੈਨੂੰ ਸੰਕੋਚ ਨਹੀਂ ਹੁੰਦਾ ਮੇਰੀ ਰਚਨਾ ਦੇ ਮਿੱਥਕੀ ਲੋਕਵੇਦੀ ਆਧਾਰਾਂ 'ਤੇ ਮੇਰੇ ਕਿਸੇ ਆਲੋਚਕ ਦਾ ਧਿਆਨ ਨਹੀਂ ਗਿਆ ਮੈਂ ਆਪਣੀ ਪਰੰਪਰਾ ਦੇ ਵੇਰਵਿਆਂ ਦੀ ਰਚਨਾ ਵਿੱਚ ਵੀ ਆਪਣੀ ਮਰਜ਼ੀ ਦੀ ਘਾਟ ਤੜੀ ਹੈ ਕਵੀ ਦੇ ਤਤ ਸਭਿਆਚਾਰ ਦੇ ਅੰਦਰ ਮੌਜੂਦ ਹੁੰਦੇ ਹਨ ਇਦਾਂ ਉਹਨਾਂ ਨੇ ਨਜ਼ਮਾਂ ਵੀ ਲਿਖੀਆਂ ਜਿਦੇ ਵਿੱਚ ਉਹਨਾਂ ਆਲੋਚਕ ਬਾਰੇ ਆਪਣੀ ਸਿਰਜਣਾ ਬਾਰੇ ਆਪਣੇ ਬਾਰੇ ਕੀ ਲਿਖ ਰਹੇ ਨੇ ਕਹਿੰਦੇ ਕਾਇਆ ਮੇਰੀ ਇੱਕ ਮਿੱਟੀ ਦੀ ਢੇਰੀ ਮਿੱਤਰ ਬੇਲੀ ਪੌਣਾ ਵਾਂਗੂ ਆਏ ਸਭ ਰਾਹਾਂ ਦੀ ਮਿੱਟੀ ਹੂੰਝ ਲਿਆਏ ਕੁਝ ਪਲ ਬੈਠੇ ਕੁਝ ਪਲ ਬੈਠੇ ਪੈ ਗਏ ਆਪਣੇ ਰਾਹੇ ਇਹ ਮਿੱਟੀ ਦੀ ਢੇਰੀ ਕੁਝ ਵੱਧ ਜਾਏ ਇਹ ਮਿੱਟੀ ਦੀ ਢੇਰੀ ਕੁਝ ਘਟ ਜਾਏ ਮੇਰੇ ਰੋਮ ਰੋਮ ਵਿੱਚ ਮੇਰੇ ਹਾਨੀ ਮੈਥੋਂ ਆਪਣੀ ਕੀਮ ਨਾ ਜਾਏ ਪਛਾਣੀ ਪਹਿਲੀ ਗੱਲ ਇਹ ਕਿ ਇਹ ਬਹੁਤ ਜਟਿਲ ਕਾਵਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਉਹ ਦੋ ਚੀਜ਼ਾਂ ਵਾਪਰਦੀਆਂ ਕਈ ਵਾਰ ਤਾਂ ਕਿਸੇ ਪੁਆਇੰਟ ਆਫ ਟਾਈਮ ਨੂੰ ਅਨੁਭਵ ਦੇ ਛਿਣ ਨੂੰ ਆਪਣੀ ਰਚਨਾ ਦੇ ਕੇਂਦਰ ਚ ਰੱਖਦੇ ਨੇ ਬਹੁਤੀ ਵਾਰ ਇਹਦਾ ਹੁੰਦਾ ਜਿੰਨੀਆਂ ਛੋਟੀਆਂ ਨਜ਼ਮਾਂ ਉਹਨਾਂ ਦੇ ਅਨੁਭਵ ਦੇ ਛਿਣ ਕੇਂਦਰ ਚ ਨੇ ਮਿਸਾਲ ਦੇ ਤੌਰ ਤੇ 1 ਮਿੰਟ ਖਾਮੋਸ਼ੀ ਦੇਖੋ ਤੁਸੀਂ ਲਗਭਗ ਸਾਰਿਆਂ ਨੇ ਪੜ੍ਹੀ ਹੁੰਦੀ ਹੋਈ ਹੋਣੀ ਉਹ ਨਜ਼ਮ ਹਰਦਮ ਸਾਹ ਹੁਣੇ ਹੁੰਦੇ ਨੇ ਇੱਕ ਦਿਨ ਅੰਗ ਵਿਹੋਣੇ ਹੋ ਕੇ ਟੁਰ ਜਾਂਦੇ ਨੇ ਕੱਚੀ ਮਿੱਟੀ ਮੂਰਤ ਵਾਂਗੂ ਭਰ ਜਾਂਦੇ ਨੇ ਰਾਹੀ ਟੁਰ ਜਾਂਦੇ ਨੇ ਸਾਹੀ ਫਰਜ਼ ਨਿਭਾ ਦਿੰਦੇ ਨੇ ਪਤਨੀ ਹਾਹਾਕਾਰ ਆ ਪਤਨੀ ਸਿਸਕੀ ਯਾਰ ਸਿਰਫ ਕੱਚ ਖਣਕਾਉਂਦੇ ਨੇ ਆਪਣੇ ਸਾਹਵੇਂ ਖਾਲੀ ਜਾਮ ਟਿਕਾ ਕੇ ਸ਼ਾਇਦ ਕੋਈ ਆਖੇ ਦੁਨੀਆ 'ਚ ਸਭ ਤੋਂ ਕੌੜਾ ਖਾਲੀ ਪਿਆਲਾ ਆਪਣੀ ਮਰਜ਼ੀ ਕੋਈ ਨਾ ਪੀਵੇ ਤੇ ਦਫ਼ਤਰ ਦੇ ਹਮਝੋਲੀ ਇੱਕ ਮਿੰਟ ਖਾਮੋਸ਼ੀ ਵਾਲਾ ਨੀਮ ਪਾਲਦੇ ਸਾਡਾ ਸਾਥੀ ਚਲਾ ਗਿਆ ਛਾਂਟੀ ਤੋਂ ਪਹਿਲਾਂ ਮੌਤ ਕੁ ਵੇਲੇ ਉਸ ਦੀ ਖਾਤਰ ਸਾਡੀ ਖਾਤਰ ਆਓ ਇੱਕ ਮਿੰਟ ਲਈ ਸੁੰਜਾ ਸੋਗ ਮਨਾਈਏ ਚੁੱਪ ਕਰ ਜਾਈਏ ਇਹ ਜਿਹੜੀ ਸਾਡੀ ਦਿਖਾਵੇ ਵਾਲੀ ਜ਼ਿੰਦਗੀ ਨੇ ਮੈਂ ਮਹਿਸੂਸ ਕਰਦਾ ਜਿਵੇਂ ਮਨੋਵਿਗਿਆਨ ਦੀ ਗੱਲ ਹੋਈ ਸੀ ਕੁਝ ਐਨਗ੍ਰਾਮਸ ਹੁੰਦੇ ਨੇ ਸਥਾਈ ਤੱਤ ਜਿਹੜੇ ਬੰਦੇ ਦੀ ਸਿਰਜਣਾ ਦੇ ਜਿਹੜਾ ਚਿੰਤਨ ਹੈ ਨਾ ਇਹਦੇ ਵਿੱਚ ਵਿਕਾਸ ਦੀ ਪ੍ਰਕਿਰਿਆ ਵਾਪਰਦੀ ਰਹਿੰਦੀ ਹੈ ਕਦੇ ਰੋਸੀ ਰੂਪਵਾਦ ਕਦੀ ਅਮਰੀਕੀ ਨਵ ਵਿਲੋਚਨਾ ਕਦੀ ਫ੍ਰਾਂਸੀਸੀ ਸੰਰਚਨਾਵਾਦ ਕਦੀ ਚੇਨ ਵਿਗਿਆਨ ਕਦੀ ਸ਼ੈਲੀ ਵਿਗਿਆਨ ਪਰ ਜਿਹੜਾ ਰਚਨਾਤਮਕ જગਤ ਹੈ ਨਾ ਇਹਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ ਕਿਸੇ ਵੀ ਰਾਈਟਰ ਨੂੰ ਪੜੋ ਜੀਤਕਾਰ ਨੂੰ ਪੜੋ ਉੱਥੇ ਵੀ ਤੁਹਾਨੂੰ ਲੱਗ ਜਾਏਗਾ ਆਟੋ ਬਾਇਓਗ੍ਰਾਫੀ ਤੋਂ ਸ਼ੁਰੂ ਕਰੋ ਸਾਰੀ ਰਚਨਾ ਪੜੋ ਉਹਦੇ ਵਿੱਚ ਤੁਹਾਨੂੰ ਲੱਗੇਗਾ ਕੋਈ ਸਥਾਈ ਤੱਤ ਨੇ ਜਿਹੜੇ ਬਾਰ-ਬਾਰ ਪਾਤਰਾਂ ਘਟਨਾਵਾਂ ਸੰਦਰਭ ਬਦਲ ਕੇ ਉਹੀ ਰਚਨਾ ਤੁਹਾਡੇ ਸਾਹਮਣੇ ਆ ਰਹੀ ਹੈ ਇਸੇ ਤਰ੍ਹਾਂ ਹੀ ਇੱਥੇ ਵਾਪਰਿਆ ਇੱਥੇ ਛੋਟੇ-ਛੋਟੇ ਤੱਤ ਜਿਹੜੇ ਨੇ ਉਹ ਰੂਪਾਂਤਰਿਤ ਹੁੰਦੇ ਪੈਣੇ ਇਹ ਸਥਾਈ ਤੱਤ ਕਿਹੜੇ ਨੇ ਮਾਂ ਹੈ ਸ਼ੁਰੂ ਤੋਂ ਲੈ ਕੇ ਤੁਸੀਂ ਉਹ ਪਹਿਲੀ ਕਵਿਤਾ ਸਾਰਿਆਂ ਨੇ ਪੜੀ ਮੇਰਾ ਬਚਪਨ ਅਜੇ ਨਾ ਆਇਆ ਮੇਰਾ ਬਚਪਨ ਕਾਦਾ ਹੋਵੇਗਾ ਜਾਦੂਮਰ ਆਦੀ ਝੋਲੀ ਦੇ ਵਿੱਚ 2-3-4 ਜਾਂ 5 ਬਰੇ ਸਨ ਮਾਂ ਦੇ ਬੁੱਲ ਬੇਰਾਣਾ ਉੱਤੇ ਕਦੇ ਨਾ ਉੱਗੀ ਹਰੀ ਕਰੋਮਲ ਨੈਣ ਉਸ ਤੇ ਭਰੇ ਭਰੇ ਸਨ ਚਾਹੇ 84 ਦੀਆਂ ਕਵਿਤਾਵਾਂ ਮੈਂ ਲਿਖੀਆਂ ਤਾਰਤੁਪ ਕਾ ਲਿਖਿਆ ਉਹਦੇ ਵਿੱਚ ਵੀ ਬੱਚਾ ਤੇ ਮਾਂ ਉਹ ਗੈਰ ਹਾਜ਼ਰ ਨਹੀਂ ਹੁੰਦੇ ਜੰਗਲ ਤੁਸੀਂ ਇਮੇਜਿਨ ਕਰੋ ਅਸੀਂ ਕਹਿ ਰਹੇ ਸੀ ਵੀ ਬੱਚਾ ਫਾਦਰ ਦੀ ਡੈਥ ਹੋ ਗਈ ਮਦਰ ਦੀ ਡੈਥ ਹੋ ਗਈ ਭੈਣਾਂ ਦੀ ਡੈਥ ਹੋ ਗਈ ਇੱਕ ਚੰਗਾ ਪਲਾ ਵਾਸਤਾ ਰਸਤਾ ਬੱਚਾ ਯਤਿਮ ਬਣ ਗਿਆ ਉਹਨੂੰ ਲੱਗਦਾ ਦੁਨੀਆ ਜੰਗਲ ਹੈ ਪਰ ਸ਼ਾਵੇਂ ਹੈਗੇ ਨੇ ਤੇ ਰੁੱਖ ਕਿੱਥੇ ਨੇ ਔਰ ਮੌਤ ਦੀ ਪੀੜਾ ਬਚਪਨ ਦੇ ਵਿਗੋਚੇ ਸੁਪਨੇ ਮਾਰੂਥਲ ਤੇ ਸਫਰ ਲਗੂ ਮਾਨਵ ਅਪਰਮਾਨਕ ਮਨੁੱਖ ਪੀੜ ਗੁੰਝਲਾ ਦੋਰੀ ਤੇ ਦੋਕਲੀ ਜ਼ਿੰਦਗੀ ਔਰ ਫੋਕਲੀਆਂ ਰਸਮਾਂ ਇਹ ਐਨਗ੍ਰਾਮਸ ਨੇ ਹਰਪਜਨ ਸਿੰਘ ਦੇ ਜਿਹੜੇ ਕਿਸੇ ਵਲੇ ਮੌਕਾ ਮਿਲੇਗਾ ਤੇ ਮੈਂ ਤੁਹਾਨੂੰ ਕੱਲੇ-ਕੱਲੇ ਖੋਲ ਕੇ ਦੱਸਾਂਗਾ ਅਸੀਂ ਬੁਨਿਆਦੀ ਤੌਰ ਤੇ ਕੀ ਜਾਣਦੇ ਆ ਕਿ ਇਹ ਪ੍ਰਗੀਤਕ ਇਹਦੇ ਵਿੱਚ ਨਾਟਕੀ ਤੱਤ ਤੇ ਸੋਝ ਦਾ ਤੱਤ ਕੇਂਦਰੀ ਹੈ ਮਗਰ ਇਹਦੇ ਚ ਹੋਰ ਬਹੁਤ ਕੁਛ ਹੈ ਜਿਹੜਾ ਦੇਖਣ ਵਾਲਾ ਜਿਵੇਂ ਪਹਿਲਾ ਜ਼ਿਕਰ ਕੀਤਾ ਮੈਂ ਕਮਤਾਵਾ ਤੋਂ ਬਾਅਦ ਦੂਜਾ ਤੋਂ ਮੈਂ ਪੇਪਰ ਤੇ ਜਨਾਬੀ ਬੜ ਲੈਣਾ ਉਸ ਤੋਂ ਬਾਅਦ ਮਨ ਲੱਗਦਾ ਮੈਂ ਜ਼ਿਆਦਾ ਵਕਤ ਨਾ ਲਾਜਵਾ ਕਿਤੇ ਤਿੰਨ ਕਿਤਾਬਾਂ ਜਿਹੜੀਆਂ ਰਪਿੰਦ ਸਿੰਘ ਉਹਨਾਂ ਦੀਆਂ ਜਿਨ੍ਹਾਂ ਨੇ ਬਹੁਤ ਧਿਆਨ ਖਿੱਚਿਆ ਇੱਕ ਸੀ ਤਾਰਤੁਪਕਾ ਦੂਜਾ ਮੱਥਾ ਦੀਵੇ ਵਾਲਾ ਤੇ ਜੀ ਰੁਕਤ ਰਿਸ਼ੀ ਇੱਕ 52 ਚ 62 ਦੂਜੇ 82 ਚ 62 ਔਰ ਤੀਸਰੀ 92 ਚ 62 ਜਿਹੜੀ ਪਹਿਲੀ ਕਿਤਾਬ ਜਦੋਂ ਆਈ ਨਾ ਅਮਨ ਲਹਿਰ ਬਾਰੇ ਸੀ ਉਹ ਤਾਰ ਤੋਕਾ ਔਰ ਕਾਬਨੋਟ ਸੀ ਉਹ ਬੇਸਿਕਲੀ ਉਸ ਜ਼ਮਾਨੇ ਦੇ ਵਿੱਚ ਸਾਹਿਬ ਲੁਧਿਆਣਵੀ ਵੀ ਜੰਗ ਦੇ ਖਿਲਾਫ ਲਿਖਦਾ ਪਿਆ ਸੀ ਫੈਜ਼ احمد ਫੈਜ਼ ਵੀ ਜੰਗ ਦੇ ਖਿਲਾਫ ਲਿਖਦਾ ਪਿਆ ਸੀ ਮੰਟੋ ਵੀ ਜਿਹੜਾ ਇਹ ਵੰਡ ਨੇ ਜੋ ਕੋਈ ਸਾਡਾ ਬੁਰਾ ਹਾਲ ਕੀਤਾ ਉਹਦੇ ਬਾਰੇ ਲਿਖਦਾ ਪਿਆ ਸੀ ਔਰ ਪੀਸ਼ਮਸਾਨੀ ਵੀ ਲਿਖਦਾ ਪਿਆ ਸੀ ਬੌਣ ਸਿੰਘ ਵੀ ਲਿਖਦਾ ਪਿਆ ਸੀ ਅਮਰਤਾਪ੍ਰੀਤ ਬਹੁਤ ਸਾਰੇ ਜਿੰਨਾ ਵੀ ਤੁਹਾਡੇ ਕੋਲ ਹਿੰਦੁਸਤਾਨ ਦੇ ਵਿੱਚ ਜਾਂ ਦੁਨੀਆ ਵਿੱਚ ਵੱਸਣ ਵਾਲਾ ਲੇਖਕ ਹੈ ਉਹ ਇਸ ਜੰਗ ਦੇ ਖਿਲਾਫ ਲਿਖ ਰਿਹਾ ਸੀ ਸਾਹਿਰ ਲੁਧਿਆਣਵੀ ਦੀ ਨਜ਼ਮ ਤੁਸੀਂ ਸਾਰਿਆਂ ਨੇ ਪੜ੍ਹੀ ਹੈ ਜੰਗ ਤੋਂ ਖੁਦ ਇੱਕ ਮਸਲਾ ਹੈ ਜੰਗ ਕਿਆ ਮਸਲੋਂ ਮਸਲੋਂ ਕ ਹੱਲ ਦੇਗੀ ਆਗ ਔਰ ਖੂਨ ਅੱਜ ਬਖਸ਼ ਆਜ ਬਖਸ਼ੇਗੀ ਭੂਕ ਔਰ ਇhtਿਆਸ ਕੱਲ ਦੇਗੀ ਇਸ ਲਈ ਐ ਸ਼ਰੀਫ ਇਨਸਾਨੋ ਜੰਗ ਟਲਤੀ ਰਹੇ ਤਾਂ ਬਿਹਤਰ ਹੈ ਆਪ ਔਰ ਹਮ ਸਭੀ ਕੇ ਆਂਗਨ ਮੇਂ ਸ਼ਮਾ ਜਲਤੀ ਰਹੇ ਤਾਂ ਬਿਹਤਰ ਹੈ ਇਸੇ ਹੀ ਇਮਪੈਕਟ ਦੇ ਥੱਲੇ ਲਿਖੀ ਸੀ ਹਰਪ੍ਰੀਤ ਸਿੰਘ ਹੋਣਾ ਨੇ ਤਾਰ ਤੁੱਪਕਾ ਇੱਕ ਫਿਜ਼ਾ ਦੇ ਵਿੱਚ ਸੀ ਕਿ ਲੋਕਾਂ ਨੂੰ ਜਾਣਦੇ ਹੋ ਗੁੱਸੇ ਤੋਂ ਸਿਆਸਤਦਾਨਾਂ ਨੂੰ ਇਹ ਗੱਲ ਕਹੀ ਸੀ ਵੀ ਸ਼ਾਂਤੀ ਕਰੋ ਇੱਥੇ ਔਰ ਇਹਦੇ ਵਿੱਚ ਵੀ ਇੱਕ ਬੱਚੇ ਦੀ ਘਟਨਾ ਜਿਹਦੇ ਇਰਦ ਗਿਰ ਸਾਰੀ ਰਚਨਾ ਨੂੰ ਉਹਨਾਂ ਨੇ ਉਸਾਰਿਆ ਔਰ ਐਟਮੀ ਜਿਹੜਾ ਤੁਹਾਡੇ ਕੋਲ ਸ਼ਕਤੀਆਂ ਨੇ ਇਹਨਾਂ ਨੇ ਬੰਦੇ ਦਾ ਜੋ ਬੁਰਾ ਹਾਲ ਕੀਤਾ ਜਾਂ ਹੋ ਰਿਹਾ ਉਹਨੂੰ ਇਸ ਜਿਹਨੂੰ ਅਸੀਂ ਕਹਿੰਦੇ ਆ ਇਟ ਵਾਸ ਅ ਵੈਲ ਨੈਟਡ ਪੋਇਮ ਸੁਗਠਤ ਜੀਵੰਤ ਸੰਗਠਨ ਸੀ ਇਸ ਰਚਨਾ ਦਾ ਜਦੋਂ ਮੱਥਾ ਦੀਵੇ ਵਾਲਾ ਆਈ ਤੇ ਮੱਥਾ ਦਿਵੇ ਵਾਲਾ ਦੇ ਵਿੱਚ ਹੋ ਇਹ ਵੀ ਮੈਨੂੰ ਲੱਗਦਾ ਕਿ ਵੇਰੀ ਕਿਉਂਕਿ ਮੈਂ ਉਹਨਾਂ ਦੇ ਜੀਵਨੀ ਮੂਲਕ ਵੇਰਵੇ ਤੋਂ ਇੰਨਾ ਵਾਕਿਫ ਆ ਕਿ ਮੈਨੂੰ ਲੱਗਦਾ ਹੈ ਵੀ ਜਿਵੇਂ ਇਹ ਵੀ ਸਵੈ ਜੀਵਨੀ ਮੂਲਕ ਹੈ ਹਾਲਾਂਕਿ ਸਵੈ ਜੀਵਨ ਦੇ ਵਿੱਚੋਂ ਵੇਰਵੇ ਲੈ ਕੇ ਉਸ ਤੋਂ ਟ੍ਰਾਂਸੈਂਡ ਕਰ ਜਾਂਦੀ ਹੈ ਜਿਵੇਂ ਉਰਦੂ ਚ ਕਹਿੰਦੇ ਨਾ ਸੋਚ ਤਾਂ ਹੂ ਖੂਬਸੂਰ ਹੈ ਖੂਬ ਤਰ કહਾਂ ਟਹਿਰਤੀ ਹੈ ਦੇਖੀਏ ਜਾਕਰ ਨਜ਼ਰ ਕਹਾਂ ਜਦ ਮੇਰੇ ਪੈਰ ਜਿੰਨਾ ਮਕਾਂਦੇ ਨੇ ਪੰਡਾ ਨਜ਼ਰ ਮੇਰੀ ਜਾਂਦੀ ਏ ਉਨੀ ਹੀ ਅੱਗੇ ਇਸ ਚਲੋ ਚਲੀ ਦੇ ਵਿੱਚ ਕੌਣ ਜਾਣੇ ਮੈਂ ਪਹੁੰਚਾਂਗਾ ਕਿੱਥੇ ਤੇ ਕੀ ਟੋਲਦਾ ਸੋ ਹਰਪਜਨ ਸਿੰਘ ਨੇ ਮੱਥਾ ਦੀਵੇ ਵਾਲਾ ਦੇ ਵਿੱਚ ਜਿਹਦੇ ਅੰਦਰ ਰੌਸ਼ਨੀ ਹੈ ਬੰਦੇ ਦੇ ਉਹ ਕਿਵੇਂ ਵਿਚਰਦਾ ਔਰ ਉਹਦੇ ਜ਼ਿੰਦਗੀ ਦੇ ਕੀ ਸਰੋਕਾਰ ਨੇ ਉਹਨੇ ਇੱਕੋ ਵੇਲੇ ਬਿਰਤਾਤ ਨੂੰ ਪ੍ਰਗੀਤ ਨੂੰ ਨਾਟਕੀ ਪ੍ਰਸਤੁਤੀ ਨੂੰ ਸ਼ੈਲੀ ਨੂੰ ਇਕਾਲਾਪ ਨੂੰ ਕਈ ਕੁਝ ਨੂੰ ਇਕੱਠਾ ਕਰਕੇ ਇਹ ਗੱਲ ਖਿਆਲ ਚ ਰੱਖੋ ਹਰਪਜਨ ਸਿੰਘ ਦੇ ਕੋਲ ਜਿਹੜੀ ਦਿਲ ਫਰੇਬ ਜ਼ੁਬਾਨ ਸੀ ਔਰ ਕਲਾਤਮਕ ਨਪੁੰਨਤਾ ਦਾ ਜੋ ਖਜ਼ਾਨਾ ਉਹਦੇ ਕੋਲ ਸੀ ਸ਼ਾਇਦ ਪੰਜਾਬੀ ਦੇ ਕਿਸੇ ਵਿਰਲੇਟਾਵੇਂ ਸ਼ਾਇਰ ਕੋਲ। ਇਸੇ ਤਰੀਕੇ ਨਾਲ ਰੁੱਖ ਤੇ ਰਿਸ਼ੀ ਹੈ। ਰੁੱਖ ਤੇ ਰਿਸ਼ੀ ਦੇ ਵਿੱਚ ਉਹਨੇ ਇੱਕ ਤਰੀਕੇ ਨਾਲ ਕੀ ਕੀਤਾ ਇਹਦੀ ਇਸ ਦੀ ਤੁਹਾਡੇ ਕੋਲ ਕੌਣ ਤੁਹਾਡੇ ਕੋਲ ਰੁੱਖ ਤੇ ਰਿਸ਼ੀ ਵਰਗੀ ਸ਼ਖਸੀਅਤ ਕਿਹੜੀ ਹੈ ਇਹਦੇ ਐਂਡ ਦੇ ਉੱਤੇ ਜਿਹੜੀ ਅੰਤਕਾ ਦੇ ਵਿੱਚ ਜੋ ਲਿਖਿਆ ਉਹਦੇ ਵੱਲ ਜ਼ਰੂਰ ਧਿਆਨ ਦਿਹਾ ਜੇ ਬਾਕੀ ਬਹੁਤੀ ਤਫਸੀਲ ਮੈਂ ਤੁਹਾਡੇ ਕੋਲ ਛੱਡ ਦਿੰਨਾ ਕਹਿੰਦਾ ਜਦੋਂ ਸਾਡੇ ਸਾਹਾਂ ਵਿੱਚ ਖੁਸ਼ਬੂ ਵਸ ਜਾਵੇ ਲੋਆਂ ਚੋ ਸੇਮ ਦੀ ਮਹਿਕ ਤੇ ਚਾਨਣ ਵਿੱਚ ਰਸਤਾ ਨਜ਼ਰ ਆਵੇ ਵਿਸਰ ਜਾਏ ਫੁੱਲਾਂ ਦੀ ਫੁੱਲਾਂ ਦੀ ਰਾਖੀ ਦੀ ਚੇਤਨਾ ਫਲਾਂ ਦੀ ਫੁੱਲਾਂ ਦੀ ਰਾਖੀ ਦੀ ਚੇਤਨਾ ਸਮਝ ਲਵੋ ਰਿਸ਼ੀ ਨਾਲ ਹੋ ਗਿਆ ਮਿਲਾਪ ਬੰਦਾ ਜੇ ਮੈਂ ਤੁਹਾਨੂੰ ਕਹਿ ਪੀ ਇਸ ਪੀਰੀਅਡ ਦੇ ਵਿੱਚ ਉਹ ਲਿਖੀ ਹੈ ਬੰਦਾ ਬਾਹਰੋਂ ਟੁੱਟ ਗਿਆ ਕਿਉਂਕਿ ਲੱਗਦਾ ਹੈ ਬਾਹਰ ਕੀ ਹੋਈ ਜਾ ਰਿਹਾ ਬੰਦਾ ਆਪਣੇ ਇੱਕ ਤਰੀਕੇ ਨਾਲ ਬੰਦੇ ਦੇ ਬਾਹਰ ਤੋਂ ਅੰਦਰ ਵੱਲ ਦੀ ਯਾਤਰਾ ਔਰ ਇਸ ਯਾਤਰਾ ਦੀ ਤਫਸੀਲ ਜਿਹੜੀ ਹੈ ਇਸ ਰਚਨਾ ਦੇ ਵਿੱਚ ਸ਼ਾਮਲ ਹੈ ਇਹਦੇ ਵਿੱਚ ਇਤਿਹਾਸਕ ਵੇਰਵੇ ਨੇ ਸਾਂਸਕ੍ਰਿਤਿਕ ਭੂਤ ਹੈ ਇਹ ਦਿਲਚਸਪ चीज ਦੇ ਕੋ ਸੰਗਮ ਜਿਹੜਾ ਬਣਿਆ ਜਿਹੜਾ ਤੁਹਾਡੇ ਕੋਲ ਸਾਂਸਕ੍ਰਿਤਿਕ ਤੇ ਇਤਿਹਾਸਕ ਇੱਕ ਬਣੇ ਪਾਸਟ ਹੈ ਔਰ ਦੂਜੇ ਬਣਨੇ ਬਾਰਡਰ ਸੈਂਸਿਬਿਲਟੀ ਹੈ ਇਹਨਾਂ ਦੋਨਾਂ ਨੂੰ ਜਿੰਨੀ ਖੂਬਸੂਰਤੀ ਨਾਲ ਹਰਪਜੰਤ ਸਿੰਘ ਨੇ ਜੋੜਿਆ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਮੁੱਲਵਾਨ ਇੱਕ ਦੋ ਗੱਲਾਂ ਸਿਰਫ ਜਿਹੜਾ ਖਾਸ ਤੌਰ ਤੇ ਮਾਂ ਦਾ ਜ਼ਿਕਰ ਕੀਤਾ ਔਰਤ ਦਾ ਜ਼ਿਕਰ ਕੀਤਾ ਹਰ ਭਗਤ ਸਿੰਘ ਦੀ ਰਚਨਾ ਵਿੱਚ ਔਰਤ ਕਿਸ ਕਿੰਨਾ ਕੰਨਾ ਰੂਪਾਂ ਚ ਹਾਜ਼ਰ ਹੈ ਇਹ ਆਪਣੇ ਆਪ ਵਿੱਚ ਬਹੁਤ ਦਿਲਚਸਪ ਹੈਗਾ ਇਸ਼ੂ ਔਰ ਮੈਂ ਬੱਚਿਆਂ ਨੂੰ ਕਹਾਂਗਾ ਕਿ ਮਾਂ ਮਾਤਾ ਤੋਂ ਇਲਾਵਾ 87 ਛਪੀ ਸੀ ਔਰ 37 ਕਵਿਤਾਵਾਂ ਸੰਦੇ ਦੇ ਚ ਔਰ ਮਾਂ ਦੇ ਧੀ ਦੇ ਅਹਿਸਾਸ ਦੇ ਰਾਹੀ ਮਾਂ ਦੇ ਧੀ ਦੇ ਇਤਿਹਾਸ ਆਪਣੇ ਅਹਿਸਾਸ ਨੂੰ ਜਜ਼ਬਾਤ ਨੂੰ ਸਮਗਰੀ ਬਣਾ ਕੇ ਜਮਾਹਰ ਭਜਨ ਸੰਗਣੇ ਉਡਾਨ ਭਰੀ ਏ ਉਸ ਉਡਾਨ ਨੂੰ ਪਕੜਨ ਦੀ ਕੋਸ਼ਿਸ਼ ਕਰੋ ਸਿਰਫ ਆ ਜਿਹੜੀ ਤੁਹਾਡੇ ਕੋਲ ਧਰਤੀ ਦੇ ហេਠਾਂ ਵਾਲੀ ਨਜ਼ਮ ਹੈ ਉਹਦੇ ਵਿੱਚ ਦੋ ਚਾਰ ਲਾਈਨਾਂ ਤੁਹਾਨੂੰ ਦੱਸ ਦਿੰਨਾ ਕਿ ਧਰਤੀ ਦੇ ហេਠਾਂ ਤੌਲ ਹੈ ਧਰਮ ਹੈ ਇੱਕ ਮੇਰੀ ਧੀ ਹੈ ਧਰਤੀ ਤਾਂ ਬੋਝ ਹੈ ਦੁੱਖ ਹੈ ਕੋਝ ਹੈ ਸਹਿੰਦੀ ਹੈ ਧੀ ਪਰ ਕਹਿੰਦੀ ਨਾ ਸੀਹ ਹੈ ਤੌਲ ਵੀ ਥੱਕਿਆ ਥੱਕ ਕੇ ਬਹਿ ਗਿਆ ਧਰਮ ਵੀ ਹਾਰਿਆ ਪੰਖਲਾ ਉੱਡ ਰਿਹਾ ਧੀਆਂ ਨੂੰ ਥੱਕਣ ਦੀ ਪੰਖਲਾ ਉਡਣ ਦੀ ਜਾਚ ਹੀ ਨਹੀਂ ਹੈ ਔਰ ਇਹਦਾ ਪੰਛੀ ਦੇਖੋ ਧਰਤੀ ਦੇ ਹੇਠਾਂ ਧੌਲ ਸੀ ਧਰਮ ਸੀ ਤੇ ਹੁਣ ਮੇਰੀ ਧੀ ਹੈ ਜਸਟ ਹੈਵ ਅ ਮਤਲਬ ਲੁੱਕ ਐਟ ਦੀ ਕਲਾਈਮੈਕਸ ਜਿਹੜੀ ਦੋ ਗੱਲਾਂ ਮੈਂ ਤੁਹਾਡਾ ਸਿਰਫ ਹੋਰ ਕਰਨੀਆਂ ਦੋ ਤਿੰਨ ਮਿੰਟਾਂ ਚ ਪਹਿਲੀ ਜਿਹੜੀਆਂ ਜੂਨ 84 ਬਾਰੇ ਲਿਖੀਆਂ ਕਵਿਤਾਵਾਂ ਨੇ ਔਰ ਇਹ ਗੱਲ ਯਾਦ ਰੱਖਿਓ ਕਿ ਚਾਹੇ ਹਰਪਜਨ ਸਿੰਘ ਨੇ ਆਜ਼ਾਦੀ ਬਾਰੇ ਲਿਖਿਆ ਚਾਹੇ ਬੰਗਲਾਦੇਸ਼ ਬਾਰੇ ਲਿਖਿਆ ਚਾਹੇ ਐਮਰਜੈਂਸੀ ਬਾਰੇ ਲਿਖਿਆ ਚਾਹੇ 84 ਬਾਰੇ ਲਿਖਿਆ ਜਦੋਂ ਕਦੇ ਵੀ ਪੰਜਾਬ ਦੀ ਸਾਡੇ ਕੋਲ ਗੋਡਸਾਹ ਬੈਠੇ ਨੇ ਗੋਡਸਾਹ ਜਦੋਂ ਕਦੇ ਵੀ ਪੰਜਾਬ ਦੀ ਕਲਚਰਲ ਹਿਸਟਰੀ ਲਿਖੀ ਗਈ ਨਾ ਇਹ ਰਚਨਾਵਾਂ ਬਾਰ-ਬਾਰ ਇਸਤੇਮਾਲ ਹੋਣ ਗਿਆ ਚਾਹੇ 47 ਦੀਆਂ ਚਾਹੇ 84 ਦੀਆਂ ਕਿਉਂ ਹੋਣ ਗਿਆ ਕਿ ਉਹਨਾਂ ਨੇ ਇਹਨੂੰ ਹਿੰਦੂ ਸਿੱਖ ਦੇ ਅੰਗਲ ਤੋਂ ਨਹੀਂ ਲਿਖਿਆ ਕਿਤੇ ਜਾਤ ਰੰਗ ਨਸਲ ਧਰਮ ਤੇ ਆਧਾਰਿਤ ਨਹੀਂ ਲਿਖਿਆ ਉਹਨਾਂ ਨੇ ਇਹਨੂੰ ਮਾਨਵੀ ਤਰਤਲ ਉੱਤੇ ਲਿਖਿਆ ਜਿਵੇਂ ਰਸਟੋਟਲ ਕਹਿੰਦਾ ਸੀ ਨਾ ਕਿ there is nothing true except names and dates in history but in literature everything is true except names and dates ਇਸ ਬੰਦੇ ਨੇ ਇਤਿਹਾਸ ਬਾਰੇ ਸਿੱਧੀਆਂ ਕਵਿਤਾਵਾਂ ਲਿਖਣ ਦੀ ਬਜਾਏ ਨਾ ਐਮਰਜੈਂਸੀ ਬਾਰੇ ਜਾਂ ਹੋਰ ਐਸਪੈਕਟਸ ਬਾਰੇ ਇਹਨਾਂ ਨੇ ਜਿਹੜੇ ਲੋਕਾਂ ਦੇ ਜਜ਼ਬਾਤ ਨੇ ਮੈਂ ਇਹਨੂੰ ਕਹਾਂਗਾ ਜਿਵੇਂ ਹਿਸਟਰੀ ਦੇ ਉੱਤੇ ਇੱਕ ਸੁਪਰਸਟਰਕਚਰ ਖੜਾ ਕੀਤਾ ਪੋਇਟਰੀ ਦਾ ਉਸ ਸੁਪਰਸਟਰਕਚਰ ਦੇ ਵਿੱਚ ਲੋਕਾਂ ਦੇ ਜਜ਼ਬਾਤ ਜਿਹੜੇ ਨੇ ਉਹਨਾਂ ਨੂੰ ਜ਼ੁਬਾਨ ਦੇਣ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਰਚਨਾਵਾਂ ਜਦੋਂ ਕਹਿੰਦਾ ਨਾਮ ਬੋਲਿਆ ਅਸੀਂ ਭਿੰਡਰਾਂ ਵਾਲੇ ਨਾਮ ਅਸੀਂ ਇੰਦਰਾ ਵਾਲੇ ਬਹੁਤ ਸਾਰੀਆਂ ਕਵਿਤਾਵਾਂ ਜਿਨ੍ਹਾਂ ਨੂੰ ਕੋਟ ਕੀਤਾ ਜਾ ਸਕਦਾ ਮੈਂ ਮਹਿਸੂਸ ਕਰਦਾ ਗਰਪਜਨ ਸਿੰਘ ਦੀ ਕਵਿਤਾ ਨੂੰ ਉਹਦੀ ਵਾਰਤਕ ਚਾਹੇ ਨਿਰਪੋ ਨਿਰਵੈਰ ਸਫਰਨਾਮਾ ਚਾਹੇ ਸਵੈ ਜੀਵਨੀ ਹੈ ਚਾਹੇ ਤੁੱਪੇ ਬਲ ਦਾ ਦੀਵਾ ਹੈ ਉਸ ਤੋਂ ਬਾਅਦ ਉਹਦਾ ਸਾਹਿਤ ਚਿੰਤਨ ਹੈ ਜਿਹਦੇ ਬਾਰੇ ਤੁਹਾਨੂੰ ਮੈਂ ਪੇਪਰ ਦੇਾਂਗਾ ਇੱਕ ਪੂਰਾ ਔਰ ਚਾਹੇ ਉਹਨਾਂ ਦੇ ਅਨਵਾਦ ਨੇ ਅਨਵਾਦਾਂ ਦਾ ਘੇਰਾ ਦੇਖੋ ਤੁਸੀਂ ਗੱਲ ਕਰਨੀ ਸੌਖੀ ਹੁੰਦੀ ਹੈ ਇਹ ਕੱਲੇ ਅਨਵਾਦਾਂ ਦੀ ਗਿਣਤੀ ਜਿਹੜੀ ਹੈ ਨਾ ਉਹ ਬਈ ਔਰ ਜਿਹੜੇ ਦੇਖੋ ਜਿਹੜੇ ਆਪਣੇ ਪੋਲਿਟਿਕਸ ਬਾਰੇ ਵੀ ਨੇ ਇਤਿਹਾਸ ਬਾਰੇ ਵੀ ਨੇ ਸੰਸਕ੍ਰਿਤ ਦੇ ਮਹੱਤਵਪੂਰਨ ਗ੍ਰੰਥਾਂ ਬਾਰੇ ਵੀ ਨੇ ਵੈਸਟਰਨ ਸਕਾਲਰਸ਼ਿਪ ਬਾਰੇ ਵੀ ਨੇ ਤੇ ਵਰਲਡ ਕਲਾਸਿਕਸ ਬਾਰੇ ਵੀ ਨੇ ਇੱਕੋ ਵੇਲੇ ਇੰਨੇ ਕੁਝ ਨੂੰ ਇਹ ਸਵਾਲ ਇਹ ਨਹੀਂ ਕਿ ਬੰਦੇ ਨੂੰ ਇੰਨੇ ਪੈਸੇ ਮਿਲ ਗਿਆ ਤਾਂ ਉਹਨਾਂ ਨੂੰ ਬਾਤ ਕਰਤਾ ਜਾਂ ਤਰਜੁਮਾ ਕਰਤਾ ਸਵਾਲ ਮਹੱਤਵਪੂਰਨ ਇਹ ਹੈ ਕਿ ਬੰਦਾ ਅਨੁਵਾਦ ਲਈ ਕਿਹੜੀਆਂ ਰਚਨਾਵਾਂ ਨੂੰ ਚੁਣਦਾ ਪਿਆ ਹਰਪਜਨ ਸਿੰਘ ਨੇ ਜਿੰਨਾਂ ਰਚਨਾਵਾਂ ਨੂੰ ਚੁਣਿਆ ਉਹਨਾਂ ਰਚਨਾਵਾਂ ਨੇ ਆਖਰੀ ਗੱਲ ਹੈ ਉਹਨਾਂ ਰਚਨਾਵਾਂ ਨੇ ਪੰਜਾਬੀ ਸਾਹਿਤ ਤੇ ਪੰਜਾਬੀ ਚਿੰਤਨ ਪੰਜਾਬੀ ਦਾ ਪੰਜਾਬੀ ਦੀ ਸਿਧਾਂਤਕਾਰੀ ਉਹਦੇ ਵਿੱਚ ਇੱਕ ਅਹਿਮ ਕਿਰਦਾਰ ਨਿਭਾਇਆ ਔਰ ਮੈਨੂੰ ਲੱਗਦਾ ਕਿ ਭਾਵੇਂ ਸਾਰਾ ਦਿਨ ਗੱਲਾਂ ਕਰੀ ਜਾਓ ਇਤਫਾਕ ਹੁੰਦੇ ਨੇ ਜਦੋਂ ਅਸੀਂ ਆਪਣੇ ਵੱਡਿਆਂ ਨੂੰ ਯਾਦ ਕਰਦੇ ਹਾਂ ਜਦੋਂ ਅਸੀਂ ਉਹਨਾਂ ਲੋਕਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਖਾਸ ਤੌਰ ਤੇ ਜਦੋਂ ਮੰਡੀ ਦਾ ਜੋਗੇ ਮੁਨਾਫੇ ਦਾ ਜੋਗੇ ਮੁਕਾਬਲੇ